ਬੱਚੇ ਕਿਸੇ ਵੀ ਕੌਮ ਦਾ ਸਰਮਾਇਆ ਹੁੰਦੇ ਨੇ। ਬੱਚਿਆਂ ਨੂੰ ਤਾਲੀਮ ਦੇ ਜ਼ੇਵਰ ਨਾਲ ਰੋਸ਼ਨਾਸ ਕਰਾ ਕੇ ਕੌਮ ਦੀ ਤਰੱਕੀ ਵਿੱਚ ਕਲੀਦੀ ਕਿਰਦਾਰ ਅਦਾ ਕੀਤਾ ਜਾ ਸਕਦਾ ਹੈ। ਬੱਚਿਆਂ ਨੂੰ ਬੁਨਿਆਦੀ ਹਕੂਕ ਫਰਾਹਮ ਕਰਨਾ ਤੇ ਉਹਨਾਂ ਦਾ ਤਹੱਫ਼ੁਜ਼ ਹਕੂਮਤ ਦੀ ਜ਼ਿੰਮੇਦਾਰੀ ਹੈ। ਹਕੂਮਤ ਆਪਣੀ ਜ਼ਿੰਮੇਦਾਰੀ ਨਿਭਾਉਣ ਵਿੱਚ ਲੱਗੀ ਹੋਈ ਹੈ। ਇਹੀ ਗੱਲ ਹੈਗੀ ਹੈ ਕਿ ਸੜਕ ਤੇ ਰਹਿਣ ਵਾਲੇ ਬੱਚਿਆਂ ਦੇ ਤਹੱਫ਼ੁਜ਼ ਲਈ ਬਹੁਤ ਸਾਰੇ ਇਦਾਰੇ ਮਿਲ ਕੇ ਕੰਮ ਕਰ ਰਹੇ ਨੇ, ਜਿਨ੍ਹਾਂ ਵਿੱਚ ਸੋਸ਼ਲ ਵੈਲਫੇਅਰ ਦਾ ਜ਼ੇਲੀ ਅਦਾਰਾ, ਨਿਗਹਿਬਾਨ ਸੈਂਟਰ ਤੇ ਗੋਦ ਲਾਹੌਰ ਸਰੇ ਫਹਿਰਿਸਤ ਹੈ। ਜੇ ਤੁਸੀਂ ਵੀ ਸੜਕ ਤੇ ਲਾਵਾਰਿਸ ਬੱਚਾ ਕੋਈ ਦੇਖੋ ਤੇ ਉਸ ਦੀ ਇਤਲਾਹ ਇਸ ਨੰਬਰ ਤੇ ਦਿਓ 0423752091। ਇਸ ਨੰਬਰ ਤੇ ਇਤਲਾਹ ਦੇ ਕੇ ਤੁਸੀਂ ਆਪਣੇ ਮੁਹਿੱਬੇ ਵਤਨ ਸ਼ਹਿਰੀ ਹੋਣ ਦਾ ਸਬੂਤ ਦੇਵੋਗੇ ਤੇ ਬੱਚਿਆਂ ਦੇ ਤਹੱਫ਼ੁਜ਼ ਨੂੰ ਯਕੀਨੀ ਬਣਾਉਣ ਵਿੱਚ ਆਪਣਾ ਕਿਰਦਾਰ ਅਦਾ ਕਰੋਗੇ। ਤੁਹਾਡੀ ਇੱਕ ਕਾਲ ਬੱਚੇ ਦੇ ਮੁਸਤਕਬਿਲ ਨੂੰ ਮਹਿਫੂਜ਼ ਬਣਾਉਣ ਵਿੱਚ ਮੁਆਵਿਨ ਸਾਬਿਤ ਹੋ ਸਕਦੀ ਹੈ। ਸ਼ੀਸ਼ਾ ਮਾਰ ਵੱਟਾ ਇੱਕ ਬੰਦੇ ਦੁਨੀਆਂ ਉੱਤੇ ਥੋੜ੍ਹੇ ਰਹਿੰਦੇ ਕਦਰ ਸ਼ਨਾਥ ਸੁਖਨ ਦੇ ਪ੍ਰੋਗਰਾਮ ਸਿਆਪ ਦੇ ਨਾਲ ਤੁਹਾਡਾ ਮੇਜ਼ਬਾਨੀ ਵੀ ਸੁੱਖ ਪੰਜਾਬੀ। ਔਰ ਜਿਵੇਂ ਤੁਹਾਨੂੰ ਪਤਾ ਹੈ ਕਿ ਸਿਆਪ ਵਿੱਚ ਅਸੀਂ ਇੱਕ ਕਰਮਾ ਭਾਗਾਂ ਵਾਲੀ ਧਰਤੀ, ਜਿਹੜੀ ਆਲਮਾਂ ਦੀ, ਦਾਨਿਸ਼ਵਰਾਂ ਦੀ ਔਰ ਇਲਮ ਵੰਡਣ ਵਾਲਿਆਂ ਦੀ, ਸੂਫੀਆਂ ਦੀ ਧਰਤੀ ਹੈ। ਇਸ ਧਰਤੀ ਨੂੰ ਸ਼ਰਫ ਹਾਸਲ ਹੈ ਔਰ ਇਸ ਧਰਤੀ ਅਤੇ ਉਹਨਾਂ ਲੋਕਾਂ ਦਾ ਵਾਸਾ ਹੈ ਜਿਹੜੇ ਪੂਰੀ ਦੁਨੀਆਂ 'ਚ ਨੂਰ ਮਨਾਰਾ ਨੇ। ਬਹੁਤ ਸਾਰੇ ਸ਼ਖਸੀਅਤ ਇਸ ਦੌਰ ਦੇ ਵਿੱਚ ਵੀ ਆਪਣੇ ਬਹੁਤ ਸਾਰੇ ਜਿਹੜੇ ਹੁਨਰ ਨੇ, ਉਹਨਾਂ ਦੇ ਫਨ ਨੇ ਉਹਦੇ ਨਾਲ ਮੌਜੂਦ ਔਰ ਉਹ ਪੰਜਾਬੀਆਂ ਵਾਸਤੇ ਬੜਾ ਮਾਣ ਦਾ ਵਾਇਸ ਨੇ। ਉਹਨਾਂ ਵਿੱਚੋਂ ਇੱਕ ਐਸੀ ਹਸਤੀ ਵੀ ਸਾਡੇ ਨਾਲ ਮੌਜੂਦ ਹੈ ਜਿਹੜੇ ਕਾਲਮ ਨਿਗਾਰ ਵੀ ਨੇ, ਤਜ਼ੀਆਕਾਰ ਵੀ ਨੇ ਔਰ ਸਾਫ਼ੀ ਨੇ, ਬੁਲੰਦ ਪਾਇਆ ਸਾਫ਼ੀ ਨੇ, ਸ਼ੈਫ ਵੀ ਨੇ, ਮੈਨੇਜਮੈਂਟ ਵਿੱਚ ਵੀ ਰਹੇ ਨੇ, ਹੁਣ ਮੈਨੂੰ ਸ਼ਾਇਰ ਵੀ ਨੇ। ਅਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਿਸ ਹਵਾਲੇ ਨਾਲ, ਕਿਹੜਾ ਪੱਖ ਉਹਨਾਂ ਦੀ ਜ਼ਾਤ ਦਾ ਬਹੁਤ ਵੱਡਾ ਹੈ ਜਿਹਦੇ ਇਸ ਹਵਾਲੇ ਨਾਲ ਮੈਂ ਉਹਨਾਂ ਦਾ ਤਾਰਿਫ ਕਰਾਵਾਂ, ਕਿਉਂਕਿ ਜਿਸ ਖੇਤਰ 'ਚ ਗਏ, ਜਿਸ ਫੀਲਡ ਵਿੱਚ ਗਏ, ਉਹਨਾਂ ਨੇ ਆਪਣਾ ਆਪ ਮੰਗਵਾਇਆ ਹੈ। ਮੇਰੀ ਮੁਰਾਦ ਨਾਲ ਹਾਰੂਨ ਅਦੀਬ ਸਾਹਿਬ ਕੋਲ, ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ ਜੀ। ਜਨਾਬ ਕੀ ਹਾਲ ਹੈ, ਠੀਕ ਠਾਕ ਹੋ? ਅੱਲਾਹ ਦਾ ਆਸਾਨ। ਅੱਛਾ ਸਰ, ਤੁਸੀਂ ਇੱਕ ਛੋਟੇ ਹੁੰਦਿਆਂ ਬੰਦੇ ਨੂੰ ਚਾਹ ਹੁੰਦਾ ਨਾ ਜਦੋਂ ਸਕੂਲ ਭੇਜਦੇ ਨੇ, ਜੀ ਜੀ, ਤੇ ਖਾਸ ਤਰ੍ਹਾਂ ਦਾ ਜ਼ਿਹਨ ਬਣਿਆ ਹੁੰਦਾ ਹੈ ਕਿ ਬਈ ਬੱਚੇ ਨੂੰ ਕੁਛ ਘਰ ਵਾਲੇ ਫੀਡ ਕਰਦੇ ਨੇ, ਕੁਛ ਬੱਚੇ ਦਾ ਆਪਣਾ ਜ਼ਿਹਨ ਹੁੰਦਾ ਕਿ ਜੀ ਮੈਂ ਇਹ ਬਣਨਾ ਹੈ। ਤੇ ਤੁਸੀਂ ਕੀ ਸੋਚਿਆ ਸੀ ਜਦੋਂ ਸਕੂਲ ਜਾਣਾ ਸ਼ੁਰੂ ਕੀਤਾ? ਔਰ ਇਰਤਕਾਈ ਦੌਰ ਹੁੰਦਾ, ਸੋਚ ਦਾ ਦੌਰ ਹੁੰਦਾ, ਖਾਸ ਕਰਕੇ ਜਦੋਂ ਅਸੀਂ ਫਿਲਮਾਂ ਵੇਖਦੇ ਹਾਂ, ਜ਼ਿਆਦਾ ਬੱਚਿਆਂ ਦਾ ਸ਼ੌਕ ਹੁੰਦਾ ਮੈਂ ਤੇ ਅਦਾਕਾਰ ਬਣਾਂਗਾ, ਜਾਂ ਉਹਨਾਂ ਦੇ ਜਿਹੜੇ ਆਈਡੀਅਲਸ ਹੁੰਦੇ ਨੇ, ਕੁਛ ਐਸੇ ਹੀਰੋ ਹੁੰਦੇ ਨੇ ਜਿਹਨਾਂ ਨੂੰ ਉਹ ਕਾਪੀ ਵੀ ਕਰਦੇ ਔਰ ਬਣਨਾ ਵੀ ਚਾਹੁੰਦੇ, ਪੰਜਾਬੀ ਸਾਹਿਬ? ਮੇਰਾ ਬੜਾ ਅਜੀਬ ਜਿਹਾ ਮਾਮਲਾ ਸੀ। ਬਸ 9ਵੀਂ ਤੱਕ ਜਿਹੜਾ ਨਾ, ਮੈਨੂੰ ਇਹ ਹੁੰਦਾ ਸੀ ਕਿ ਮੈਂ ਦੂਜਿਆਂ ਨਾਲੋਂ ਵੱਖਰਾ ਅਤੇ ਮੈਨੂੰ ਦੂਜਿਆਂ ਨਾਲੋਂ ਵੱਖਰਾ ਨਜ਼ਰ ਆਉਣਾ ਚਾਹੀਦਾ। ਅੱਛਾ, ਉਹ ਔਰ ਉਹਦੇ 'ਚ ਇਹੀ ਸੀ ਕਿ ਮੈਂ ਕਲਾਸ ਦੇ ਵਿੱਚ ਮੁਮਤਾਜ਼ ਰਹਾਂ, ਮੈਂ ਕ੍ਰਿਕਟ ਵੀ ਖੇਡਦਾ ਸਾਂ, ਸਕੂਲ ਦੀ ਟੀਮ ਵੱਲੋਂ ਖੇਡਦਾ ਸਾਂ। ਅੱਛਾ, ਮੈਂ ਸਕਾਊਟ ਵੀ ਸਾਂ, ਤਕਰੀਰੀ ਮੁਕਾਬਲਿਆਂ 'ਚ ਵੀ ਹਿੱਸਾ ਲੈਂਦਾ ਸਾਂ, ਦਾਲ ਲੱਗਣਾ ਤੇ ਹਾਕੀ 'ਚ ਚਲਾ ਜਾਣਾ, ਉੱਥੇ ਵੀ ਜਾ ਕੇ ਖੇਡ ਲੈਣਾ, ਰਾਈਫਲ ਡਰਿਲ ਜਿਹੜੀ ਸੀ ਉਹਦੇ ਵਿੱਚ ਵੀ ਨਾਂ ਲਿਖਾਇਆ ਹੁੰਦਾ ਸੀ, ਤੇ ਸਾਰਾ ਕੁਛ ਕਰਦਾ ਕਿ ਵੀ ਉਹ ਕੀ ਕਹਿੰਦੇ ਨੇ, ਜੈਕ ਆਫ ਆਲ ਟ੍ਰੇਡਸ ਬਟ ਮਾਸਟਰ ਆਫ ਨਨ। ਉਹ ਵਾਲਾ ਸਾਹਿਬ ਮੇਰੇ ਮੈਨੂੰ ਇਹੀ ਕਹਿੰਦੇ ਹੁੰਦੇ ਸਨ ਕਿ ਵੀ ਤੂੰ ਕੋਈ ਢੰਗ ਦਾ ਕੰਮ ਕਰ ਕੇ ਇੱਕ ਪਾਸੇ ਲੱਗ, ਤੇ ਉਹ ਹੀ ਸੀ। ਲੇਕਿਨ 9ਵੀਂ 10ਵੀਂ 'ਚ ਮੈਨੂੰ ਪਤਾ ਲੱਗ ਗਿਆ ਸੀ ਕਿ ਮੇਰੇ ਅੰਦਰ ਜਿਹੜਾ ਵੇ ਉਹ ਲਿਖਣ ਵਾਲੇ ਜਿਹੜੀ ਚੀਜ਼ ਹੈ ਉਹ ਕੋਈ ਬਿਆਨੀਆਂ ਜਿਹੜਾ ਹੈ ਉਹ ਕੋਈ ਜ਼ਿਆਦਾ ਹੈ, ਔਰ ਉਹ ਮੈਨੂੰ ਉਹਦੇ ਵੱਲ ਤਵੱਜੋ ਦੇਣੀ ਚਾਹੀਦੀ ਹੈ। ਲਿਹਾਜ਼ਾ ਮੈਂ ਤਕਰੀਰੀ ਮੁਕਾਬਲਿਆਂ ਮਜ਼ਮੂਨ ਜਿਹੜੇ ਹੁੰਦੇ ਸਨ 9ਵੀਂ 10ਵੀਂ 'ਚ ਲਿਖਣ ਵਾਸਤੇ ਦਿੱਤੇ ਜਾਂਦੇ ਸਨ, ਉਹ ਮੈਂ ਜਾਂ ਖਾਤਰ ਲਿਖੋ ਫਲਾਣੇ ਨੂੰ, ਮੈਂ ਮਾਸਟਰ ਦਾ ਲਿਖਾਇਆ ਹੋਇਆ ਕਦੀ ਨਹੀਂ ਸੀ ਲਿਖਿਆ। ਹਾਂਜੀ, ਉਹ ਮੈਂ ਆਪ ਆਪਣੇ ਲਿਖਦੇ ਸਾਂ। ਔਰ ਕਈ ਵਾਰੀ ਇਹ ਹੋਇਆ ਕਿ ਵੀ ਸਾਡੇ ਜਿਹੜੇ ਟੀਚਰ ਸਨ ਉਰਦੂ ਦੇ, ਉਹਨਾਂ ਨੇ ਕਿਹਾ ਕਿ ਜੀ ਵੀ ਇਹ ਹੁਣ ਦੂਜਿਆਂ ਨੂੰ ਵੀ ਲਿਖਾ ਦੇ। ਅੱਛਾ, ਬਹੁਤ ਅੱਛਾ, ਯਾਨੀ ਕਿ ਨਸਰ ਨਿਗਾਰ। ਮੈਂ ਨਾਜ਼ਰੀਨ ਇੱਕ ਕਹਾਣੀ ਦਾ ਵੀ ਇੱਕ ਪੱਖ ਹੈ, ਕਿਉਂਕਿ ਦੋ ਕਿਤਾਬਾਂ ਜਨਾਬ ਹੋਰਾਂ ਦੀਆਂ ਬਹੁਤ ਉੱਚੇ ਪੱਧਰ 'ਤੇ ਕਹਾਣੀਆਂ ਦੀਆਂ ਵੀ ਮੌਜੂਦ ਨੇ। ਅਤੇ ਅੱਛਾ ਸਰ, ਇਹ ਤਾਂ ਬਹੁਤ ਅੱਛਾ ਹੋ ਗਿਆ ਨਾ ਕਿ ਤੁਸੀਂ ਇੱਕ ਵੱਖਰਾ ਰਹਿਣ ਦਾ ਇੱਕ ਚਾਅ ਜਿਹੜਾ ਹੁੰਦਾ, ਇਹ ਕੁਛ ਬਹੁਤ ਥੋੜ੍ਹੇ ਲੋਕ ਹੁੰਦੇ ਨੇ ਜਿਹਨੂੰ ਅਸੀਂ ਕਹਿੰਦੇ ਹਾਂ ਕਿ 80-20 ਦੀ ਅਸੀਂ ਵੰਡ ਕੱਢਦੇ ਹਾਂ ਕਿ 80% ਉਹ ਸੁਣ ਕੇ ਹਾਸਾ ਆਏਗਾ ਕਿ ਵੀ ਮੈਨੂੰ ਇਸ ਤਰ੍ਹਾਂ ਫੀਲ ਹੁੰਦਾ ਸੀ ਕਿ ਫਿਲਮ ਦੇ ਕੈਮਰੇ ਲੱਗੇ ਨੇ ਔਰ ਮੈਨੂੰ ਸ਼ੂਟ ਕਰ ਰਹੇ ਨੇ। ਵਾਹ 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 ਵਾਹ। ਲਿਹਾਜ਼ਾ ਮੇਰੀ ਹਰ ਜਿਹੜੀ ਅਦਾ ਹੈ, ਕੱਪੜੇ ਪਾਣੇ ਜਾਂ ਗੱਲਬਾਤ ਜਿਹੜੀ ਹੈ, ਉਹ ਇਸੇ ਤਰ੍ਹਾਂ ਜਿਵੇਂ ਕਿਸੇ ਸੈੱਟ ਦੇ ਉੱਤੇ ਤੇ ਫਿਲਮਾਂ ਜੇ ਮੈਂ ਨਹੀਂ ਤਾਂ ਵੇਖਦਾ ਨਹੀਂ ਹਾਂ। ਅੱਛਾ,
ਯਾਨੀ ਪਰਸਨੈਲਿਟੀ ਕੁਝ ਅੰਦਰ ਐਸਾ ਹੈ ਸੀ ਵੱਖਰਾ ਲੱਗਣਾ ਜਿਹੜਾ ਇਹ ਸਭ ਤੋਂ ਵੱਡਾ ਜਿਹੜਾ ਮੇਨ ਉਹਦਾ ਮੈਂ ਸਮਝਣਾ ਕਿ ਹੈ ਵੀ ਕਿ ਵੱਖਰਾ ਲੱਗਣ ਦੇ ਨਾਲ ਨਾਲ ਜ਼ਿਹਨ ਚ ਇਹ ਵੀ ਆਉਂਦਾ ਹੈ ਕਿ ਮੇਰੇ ਕੱਪੜੇ ਵੀ ਦੂਸਰਿਆਂ ਨਾਲ ਸਾਫ਼ ਸੁਥਰੇ ਹੋਣ, ਮੇਰਾ ਸਟਾਈਲ ਜ਼ਰਾ ਵੱਖਰਾ ਹੋਵੇ। ਔਰ ਅੱਛਾ, ਇਹ ਤੇ ਹੋ ਗਿਆ ਜੀ ਪ੍ਰਾਇਮਰੀ ਐਜੂਕੇਸ਼ਨ ਤੱਕ। ਦਸਵੀਂ ਉਸ ਤੋਂ ਬਾਅਦ ਤੁਸੀਂ ਕਾਲਜ ਗਏ, ਕਾਲਜ ਦੀ ਜ਼ਿੰਦਗੀ ਕੁਛ ਹੋਰ ਹੁੰਦੀ ਹੈ, ਫਿਰ ਯੂਨੀਵਰਸਿਟੀ ਦੀ ਜ਼ਿੰਦਗੀ ਹੋਰ ਹੁੰਦੀ। ਜੀ ਜੀ, ਤੁਹਾਡੇ ਤੇ ਜ਼ਿੰਦਗੀ ਦੇ ਇੱਕ ਤਿੰਨ ਅਸੀਂ ਖਾਨੇ ਬਣਾ ਸਕਦੇ ਹਾਂ ਜਾਂ ਤਿੰਨ ਅਸੀਂ ਦੁਆਰ ਕਹਿ ਸਕਦੇ ਹਾਂ ਜਿਨ੍ਹਾਂ 'ਚ ਤੁਸੀਂ ਬਾਹਰ ਵੀ ਗਏ, ਬਾਹਰ ਦੇ ਮੁਲਕਾਂ ਦੇ ਵਿੱਚ ਵੀ, ਦੇਸ਼ੋਂ ਬਾਹਰ ਜਾ ਕੇ ਵੀ ਤੁਸੀਂ ਉੱਥੇ ਕੀਤਾ, ਲੇਕਿਨ ਤੁਸੀਂ ਸਭ ਤੋਂ ਬਿਹਤਰੀਨ ਤੁਹਾਡਾ ਜਿਹੜਾ ਟਾਈਮ ਹੈ, ਸਭ ਤੋਂ ਬਿਹਤਰੀਨ ਵੇਲਾ ਜਿਹੜਾ ਹੈ ਉਹ ਪ੍ਰਾਇਮਰੀ ਹੈ, ਕਾਲਜ ਹੈ, ਯੂਨੀਵਰਸਿਟੀ ਜਾਂ ਬਾਹਰ ਜਾ ਕੇ ਜਿਹੜਾ ਤੁਸੀਂ ਗੁਜ਼ਾਰਿਆ? ਮੈਂ ਸਮਝਦਾ ਸੀ ਕਿ ਜਿਹੜਾ ਮੈਂ ਬਾਹਰ, ਜਿਸ ਵਕਤ ਮੇਰਾ ਵਿਆਹ ਨਹੀਂ ਸੀ ਹੋਇਆ ਔਰ ਮੈਂ ਬੈਚੁਲਰ ਸਾਂ, ਉਹ ਮੇਰੀ ਜ਼ਿੰਦਗੀ ਦਾ ਸਰਮਾਇਆ। ਅੱਛਾ, ਕਿਉਂਕਿ ਉਹਦੇ 'ਚ ਮੈਂ ਜ਼ਿੰਦਗੀ ਨੂੰ ਠੋਕ ਵਜਾ ਕੇ ਵੇਖਿਆ। ਮੈਂ ਭੁੱਖ ਕੱਟੀ, ਮਸਲ ਛਾਣ ਬੁਰੇ 'ਚੋਂ ਰੋਟੀ ਦੇ ਟੁਕੜੇ ਕੱਢ ਕੇ ਫਾ ਕੇ ਤੇ ਉਹਨਾਂ ਨੂੰ ਗਿੱਲੀਆਂ ਕਰਕੇ ਤੇ ਤਵੇ ਤੇ ਸੇਕ ਕੇ ਖਾਧੀਆਂ ਨੇ। ਇਹ ਕਿਹੜਾ ਦੌਰ ਸੀ ਅਜ਼ਰਾ ਨਾਲ? ਇਹ ਕੁਵੈਤ, ਜਿਸ ਵਕਤ ਮੈਂ ਕੁਵੈਤ ਹਿਲਟਨ ਹੋਟਲ ਛੱਡਿਆ ਔਰ ਉਸ ਤੋਂ ਬਾਅਦ ਫਿਰ ਇੱਕ ਬੇਕਾਰੀ ਦਾ ਦੌਰ ਆਇਆ। ਮੈਂ ਫਰੈਂਚ ਫਰਨੀਚਰ ਨਾਲ ਸੈਂਟਰਲ ਏਅਰ ਕੰਡੀਸ਼ਨ ਰਸਤਾ ਜਿਹੜਾ ਸੀ ਇੱਕ ਫਲੈਟ ਦੇ ਵਿੱਚ ਰਹਿੰਦਾ ਸਾਂ, ਜਾਬ ਇਹੋ ਜਿਹੀ ਸੀ, ਉਹ ਛੱਡ ਕੇ ਫਿਰ ਮੈਨੂੰ ਇੱਕ ਗੁਜਰਾਤੀਆਂ ਦੇ ਡੇਰੇ 'ਚ ਜਾਣਾ ਪਿਆ। 12 ਬੰਦੇ ਉਸ ਕਮਰੇ 'ਚ ਰਹਿੰਦੇ ਸਨ ਤੇ ਰਾਤੀ ਜਿਸ ਵੇਲੇ ਸੌਂਦੇ ਸਾਂ ਤੇ ਕਰਵਟ ਲੈਣੀ ਹੁੰਦੀ ਸੀ ਤੇ ਉਹ ਬੰਦਾ ਉੱਠ ਕੇ ਕਰਵਟ ਲੈਂਦਾ ਸੀ, ਸੁੱਤਿਆਂ ਪਿਆ ਨਹੀਂ ਸੀ ਲੈ ਸਕਦਾ। ਔਰ ਮੇਰੀ ਮੈਨੂੰ ਥਾਂ ਉੱਥੇ ਮਿਲੀ ਔਰ ਦਰਵਾਜ਼ੇ ਦੇ ਸਾਹਮਣੇ, ਕਿਉਂਕਿ ਗਰਮੀ ਬੜੀ ਹੁੰਦੀ ਸੀ ਤੇ ਅੰਦਰ ਏ ਸੀ ਵਾਲੇ ਕਮਰੇ 'ਚ ਹੀ ਸੋਣਾ ਤੇ ਉਹ ਜਿੱਥੇ ਜੁੱਤੀਆਂ ਲਾਈ ਦੀਆਂ ਨੇ ਉਹ ਰਾਤੀ ਬਾਹਰ ਕੱਢ ਕੇ ਰੱਖ ਦਿੱਤੀਆਂ ਜਾਂਦੀ ਸਨ, ਉੱਥੇ ਮੈਂ ਸੌਂਦਾ ਹੁੰਦਾ ਸਾਂ। ਜਿੰਨੇ ਬਾਹਰ ਕੋਈ ਜਾਣਾ ਵੇ ਕਿਸੇ ਹਾਜਤ ਵਾਸਤੇ ਤੇ ਉਹਨੇ ਮੇਰੇ ਤੋਂ ਲੰਘ ਕੇ ਜਾਣਾ ਹੁੰਦਾ ਸੀ। ਇਹ ਵੀ ਦੌਰ ਵੇਖਿਆ। ਫਿਰ ਡਕਟਿੰਗ ਕੀਤੀ ਤਬੂਕ ਚੁੱਕੇ ਤੇ ਮੈਂ ਸਮਝਣਾ ਕਿ ਵੀ ਇਹ ਜਿਹੜਾ ਦੌਰ ਸੀ ਨਾ, ਮੈਂ ਇਹਨੂੰ ਮੈਂ ਡਿਫਾਈਨ ਕਰਨਾ, ਮੇਰੇ ਦੋਸਤ ਸਨ ਲੰਗੋਟੀਆ ਯਾਰ ਸੀ ਤਨਵੀਰ ਪੱਟੀ, ਉਹ ਸਾਰੇ ਕਦਨ ਉਸ ਕਮਰੇ 'ਚ ਰਹਿੰਦੇ ਸਨ ਤੇ ਜਿਸ ਲਈ ਉੱਥੋਂ ਮੈਂ ਛੱਡਿਆ ਹਿਲਟਨ ਹੋਟਲ ਤੋਂ, ਤੇ ਉਹਨੇ ਕਿਹਾ ਭਾਅ ਜੀ ਇੱਥੇ ਆ ਜਾਓ ਮੇਰੇ ਕੋਲ। ਉਹ ਮੈਨੂੰ ਭਾਅ ਜੀ ਕਹਿੰਦਾ ਸੀ, ਮੈਂ ਉਹਦੇ ਨਾਲ ਕੋਈ 1.5 ਸਾਲ ਵੱਡਾ ਸਾਂ ਔਰ ਨਿੱਕੇ ਭਰਾਵਾਂ ਵਾਂਗੂ ਹੁਣ ਵੀ ਇੱਜ਼ਤ ਕਰਦਾ। ਤੇ ਉੱਥੇ ਹੁਣ ਇਹ ਸੀ ਕਿ ਵੀ ਜੱਟੀ ਦੇ ਉੱਤੇ, ਯਾਨੀ ਪੋਰਟ ਦੇ ਉੱਤੇ ਜਹਾਜ਼ਾਂ ਦੇ ਉੱਤੇ ਟੈਲੀ ਕਲਰਕੀ ਕਰਦੇ ਸਨ 3-4 ਮੁੰਡੇ, ਉਹਨਾਂ ਨੂੰ ਪੈਸੇ ਲੱਭਦੇ ਸਨ ਤੇ ਉਹ ਫਿਰ ਸਾਡੇ ਜੇਬਾਂ 'ਚ ਇੱਕ ਇੱਕ ਦਿਨਾਰ ਪਾਉਂਦੇ ਸਨ ਕਿ ਕੋਈ ਸ਼ਰਮਿੰਦਾ ਨਾ ਹੋਵੇ ਕਿ ਵੀ ਮੈਂ ਪੈਸੇ ਮੰਗਣ ਵਾਸਤੇ। ਤੇ ਸਾਨੂੰ ਜਦੋਂ ਪੈਸੇ ਲੱਭਣੇ ਤੇ ਮੈਂ ਤੇ ਤਨਵੀਰ ਨੇ ਟਾਸਕ ਕਰਨਾ ਕਿ ਅੱਜ ਰੋਟੀ ਖਾਣੀ ਹੈ ਜਾਂ ਅੱਜ ਕਿਤੇ ਨੌਕਰੀ ਲੱਭਣ ਜਾਣਾ ਮੈਂ। ਤੇ ਇੱਕ ਦਿਨ ਮੈਂ ਕਿਹਾ ਕਿ ਵੀ ਤਨਵੀਰ ਅੱਜ ਟਾਸਕ ਨਹੀਂ ਕਰਨਾ, ਰੋਟੀ ਖਾਣੀ ਹੈ, ਨੌਕਰੀ ਲੱਭਣ ਨਹੀਂ ਜਾਣਾ। ਤੇ ਉਹ ਕਹਿੰਦਾ ਛੱਡੋ ਭਾਅ ਜੀ ਅਜੇ ਪਰਸੋਂ ਤੇ ਖਾਧੀ ਸੀ। ਤੇ ਇਹ ਮੈਂ ਸਮਝਣਾ ਕਿ ਉਹਦੇ 'ਚ ਜ਼ਿੰਦਗੀ ਨੂੰ ਮੈਂ ਠੋਕ ਵਜਾ ਕੇ ਵੇਖਿਆ, ਜ਼ਿੰਦਗੀ ਨੇ ਮੈਨੂੰ ਸਿਖਾਇਆ ਔਰ ਜ਼ਿੰਦਗੀ ਨੂੰ ਮੈਨੂੰ ਜਿਹੜਾ ਬਰਦਾਸ਼ਤ ਔਰ ਲੋਕਾਂ ਦੇ ਨਾਲ, ਲੋਕਾਂ ਦੇ ਦੁੱਖ ਦਰਦ ਨਾਲ ਜੋੜਿਆ। ਅਗਰ ਉਹ ਦਿਨ ਮੇਰੇ ਵਾਸਤੇ ਜ਼ਿੰਦਗੀ 'ਚ ਨਾ ਆਉਂਦੇ ਤੇ ਮੈਂ ਸ਼ਾਇਦ ਅਦੀਬ ਵੀ ਨਾ ਬਣਦਾ। ਅੱਛਾ, ਸ਼ੇਰ ਪਹਿਲਾਂ ਕਦੋਂ ਲਿਖਿਆ ਤੁਸੀਂ ਇਹ ਨਾ ਪੁੱਛੋ। ਅੱਛਾ, ਕੋਈ ਐਫ ਏ ਦੇ ਵਿੱਚ ਸਾਂ ਤੇ ਮੈਂ ਇੱਕ ਗਜ਼ਲ ਕਹੀ ਤੇ ਉਹ ਮੇਰੇ ਵੱਡੇ ਦੋਵੇਂ ਤਾਇਆ ਜਿਹੜੇ ਨੇ ਪੰਜਾਬੀ ਦੇ ਸਭ ਤੋਂ ਪਹਿਲੇ ਤਨਜ਼ੋ ਮਜ਼ਾ ਦੇ ਸ਼ਾਇਰ ਆਸੀ ਵਾਸਫੀ, ਉਹ ਔਰ ਉਹਨਾਂ ਤੋਂ ਵੱਡੇ ਭਾਈ ਅਬਦੁਲ ਹੱਕ ਅਖਤਰ ਵਾਸਫੀ ਜਿਨ੍ਹਾਂ ਨੇ ਜਿੱਦੋ ਜੋਹਰ ਰਸਾਲਾ ਸਭ ਤੋਂ ਪਹਿਲੇ ਕੱਢਿਆ ਸੀ, ਉਹ ਫਖਰ ਜ਼ਮਾਨ ਦੇ ਉਸਤਾਦ ਵੀ ਸਨ, ਤੇ ਉਹਨਾਂ ਨੂੰ ਮੈਂ ਉਹ ਗਜ਼ਲ ਭੇਜਤੀ। ਜਵਾਬਨ ਤਾਇਆ ਜੀ ਖੁਦ ਤਸ਼ਰੀਫ ਲਿਆਏ, ਮੈਂ FSC 'ਚ ਪੜ੍ਹਦਾ ਸਾਂ, ਉਹਨਾਂ ਨੇ ਮੇਰੀ ਜਿੰਨੀ ਕੁ ਇੱਜ਼ਤ ਕੀਤੀ ਜਾ ਸਕਦੀ ਸੀ ਕੀਤੀ ਔਰ ਮੈਨੂੰ ਕਿਹਾ ਕਿ ਜਾਂ FSC ਕਰ ਲੈ ਜਾਂ ਕਰ ਲੈ, ਤੇ ਖਬਰਦਾਰ ਤੂੰ ਸ਼ਾਇਰੀ ਵਾਲੇ ਪਾਸੇ ਗਿਆ, ਅਸੀਂ ਭੁੱਲ ਗਏ। ਫਿਰ BA ਦੇ ਵਿੱਚ ਅਸੀਂ 4 ਦੋਸਤ ਸਾਂ, ਇੱਕ ਸਾਡਾ ਦੋਸਤ ਸੀ ਉਹਦਾ ਹੁਣ ਨਾਂ ਨਹੀਂ ਲੈਣਾ, ਤੇ ਉਹਨੂੰ ਅਸੀਂ 4 ਬੰਦੇ ਰਲ ਕੇ ਲਿਖ ਕੇ ਦਿੰਦੇ ਸਾਂ ਤੇ ਇੱਕ ਵੱਡੇ ਉਸਤਾਦ ਦਾ ਅਸੀਂ ਸ਼ਾਗਿਰਦ ਬਣਾਇਆ ਸੀ ਉਸ ਉਸਤਾਦ ਦਾ ਤਵਾ ਲਾਉਣ ਵਾਸਤੇ। ਅੱਛਾ, ਤੇ ਬਾਅਦ ਔਕਾਤ ਸਾਨੂੰ ਇਹ ਲੱਗਦਾ ਸੀ ਕਿ ਸਾਡੇ ਸ਼ੇਰ ਚੰਗੇ ਨੇ ਚੌਵਾਂ ਦੇ। ਅੱਛਾ, ਉਹ ਫਿਰ ਇਹ ਮੈਨੂੰ ਅਹਿਸਾਸ ਹੋਇਆ ਕਿ ਨਹੀਂ ਮੈਂ ਸ਼ਾਇਰੀ ਕਰ ਸਕਣਾ। ਮੈਂ ਕਯੂਮ ਸਭਾ ਸਾਹਿਬ ਸਨ ਸਾਡੇ ਉਰਦੂ ਦੇ ਪ੍ਰੋਫੈਸਰ ਸਨ, ਉਹਨਾਂ ਦੇ ਕੋਲ ਗਿਆ, ਉਹਨਾਂ ਨੂੰ ਜਾ ਕੇ ਮੈਂ ਕਿਹਾ ਸਰ ਇਹ ਸ਼ੇਰ ਉਹਨੇ ਫੜ ਕੇ ਮੇਰੇ ਮੂੰਹ ਤੇ ਮਾਰਿਆ ਕੰਮ। ਉਹਨੇ ਕਿਹਾ ਮੀਆਂ ਪਹਿਲੇ ਅਸਾਜ਼ਾ ਕੇ 100 ਅਸ਼ਾਰ ਯਾਦ ਕਰਕੇ ਆਓ ਸਿਆਕੋ ਸਭਾਗ ਕੇ ਸਾਥ ਔਰ ਉਨਪੇ ਮੈਂ ਬਾਤ ਵੀ ਕਰੂੰਗਾ, ਜਿਸ ਦਿਨ 100 ਅਸ਼ਾਰ ਯਾਦ ਹੋ ਜਾਏ ਤਾਂ ਫਿਰ ਆਉਣਾ। ਉਹ ਜੀ ਫਿਰ 100 ਸ਼ੇਰ ਤੇ ਯਾਦ ਨਾ ਹੋਏ ਤੇ ਨਾ ਅਸੀਂ ਉਸਤਾਦ ਉਹਨਾਂ ਕੋਲ ਵਾਪਸ ਗਏ।
अच्छा फिर कहानी किस तरह मेरे पल्ले पई, डॉक्टर सादत सईद दा छोटे भाई वह मेरे नाल 1 साल सीनियर सन। अच्छा उन्होंने कहानी सी, वह शायरी भी करता सी कहानी भी लिखते सन। इन्हों के वालद एडी नसीम साहब, प्रोफेसर एडी नसीम, उर्दू के उस्ताद शाह सन, बड़े नामी ग्रामी वह भी सन। उन्होंने सदारत सी पंजाबी अदबी संगत गवर्नमेंट कॉलेज साहिवाल का, जरा वे साढ़े आंदा सी कोई, असी महीने च मीटिंग करते होंगे स तनकीदी इजलास, तो उन्हें कहानी पढ़नी सी। वो कहानी जरा वे एक दिन पहले कहता जी कहानी कोई जरा वे मेरे को तो कोई मैं लिखी नहीं तो मैं नहीं आ सकता। अच्छा हूँ असी की करिए, तो मैं क्या जी चलो मैं कर लैंना। हूँ मैं अपने वालद साहब द एक नावल लिख रहे सन, ओदा प्लाट चोरी करके ते कहानी लिखी, ते ओ मेरी पहली कहानी सी। अच्छा। ते ओ कहानी लिखी, लेकिन फिर मैं छड़ के फिर कुवैत जड़ा ने जाके जसपीर सिंह तीमा पंजाबी अदबी संगत कुवैत दा जड़ा जनरल सैकटरी सी, उन्हें मैनू मजबूर किया और वह मैनू लैके आया। उन्हें मेरे अंदर दे शायर नू भी बाहर कढ़िया, नाकत तो मैं पहले ही तनकीद करता सा, अखबारों के आर्टिकल लिखता सा, लिहाजा वह तो चल रहा सी। ते जिहड़ा मेरे अंदर दा शायर और कहानीकार है उन्होंने जड़ा फिर उन्हें हुजा मार के उठाया और फिर मैं ढोल गाले च पा के बजाना शुरू करता। अच्छा पहला पहला जड़ा तुसी शेर लिखिया है वो रोमांटिक सी या मतलब नहीं जी साडे कोल चलदा है गमे जाना गमे दौरा ते ओ मेरे नाल एक अजीब सानिया होया कि भी बचपन तो ही मैं स्कूल लाइफ दे विचों ही ओ इनकलाब दी फैंटेसी जड़ी है ना मेरी पहली महबूबा इनकलाब सी। अच्छा वाह। और कॉर्नर मीटिंग्स जड़ियां ने उन्हां ते जाना, जलसियां जलूसां ते जाना, पोलिटिकल डिस्कशनस दे उत्ते जाना, ए मैनू इस तरह ए नशा सी मेरा। लिहाजा शायरी जिस वक्त नौजवानी च कीती ओ सारी इनकलाबी शायरी है। पिछे एक राशद हसन राणा साहब ने मैनू पुछया कि तेरी नौजवानी दी जड़ी शायरी है वह तो सारी जड़ी इनकलाबी है, हुण तो रोमांटिक हो गया, रोमांसिज्म आ गया तेरे च, ये की है? मैं कहा जी मेरे अंदर दा आशिक तो नहीं सी मरिया, उन्होंने तो मैं सामभ के रखे सी, हुण जे बाहर निकल दिया तो उन्होंने निकलन दियो। बिल्कुल वो नहीं रहना चाहिए। प्यारियो तुसी वेख रहे हो एसटीएन साडा टीवी नैटवर्क तो हारून नदीन साहब नाल गलबात प्रोग्राम सियाब विच। एक छोटा जा वक्फा लैने आ, छोटा जा ब्रेक लैने आ, ते फिर असी आके ते गलबात इथों शुरू करांगे। साडा टीवी नैटवर्क एक डिप्लोमा करवा रहे न्यूज कास्टर, न्यूज रिपोर्टर, टैंकर, होस्ट, ब्रॉडकास्टिंग की ट्रेनिंग ले, जिन्हें लिए तुसी साडे नाल स्क्रीन दे दिते हुए नंबर ते कॉन्टैक्ट कर। जगत पंजाबियां दी आवाज, साडा टीवी नैटवर्क। थैंक यू वेरी मच जी। मेरे सारे पंजाबी भरा खुश रहन, कवाली वाले वालों, हारून अली वालों, कवाली वाले बैंड की तरफ तो सारे पंजाबी भरा खुश रहन, हंसते वास्ते रहन। शुक्रिया बहुत। थैंक यू वेरी मच। माया तेरे प्यार मैनु मार मुकाया, माया तेरे प्यार मैनु मार मुकाई, चंगा वे तू मिठा मिठा रोग मैनु लायाई, चंगा वे तू मिठा मिठा रोग मैनु लायाई, दिन तड़ पाया सारी रात जगायाई, माया तेरे प्यार मैनु मार मुकाया। मैं हाँ सोबिया जमाल हाशमी, तुसी देख रहे हो एसटीएन साडा टीवी नेटवर्क, जगत पंजाबियां दी आवाज। सतरंगियां पवा दे चूड़ियां, सतरंगियां
ਹਾਸ਼ਮੀ। ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਸਾਡਾ ਟੀਵੀ ਨੈਟਵਰਕ ਜਗਤ ਪੰਜਾਬੀਆਂ ਦੀ ਆਵਾਜ਼। ਜੀ ਆਇਆਂ ਨੂੰ ਜੀ, ਪ੍ਰੋਗਰਾਮ ਸਿਆਲ ਵਿੱਚ ਜਨਾਬ ਹਾਰੂਨ ਨਦੀਮ ਸਾਹਿਬ ਸਾਡੇ ਨਾਲ ਮੌਜੂਦ ਨੇ ਤੇ ਅੱਜ ਅਸੀਂ ਖੋਲ ਰਹੇ ਹਾਂ ਪੁਰਾਣੀਆਂ ਯਾਦਾਂ, ਕੁਛ ਹੁਣ ਦੀਆਂ, ਕੁਛ ਕੱਲ ਦੀਆਂ, ਕੁਛ ਮਤਲਬ ਕਿ ਆਉਣ ਵਾਲੀ ਗੱਲ ਵੀ ਅਸੀਂ ਕਰਾਂਗੇ ਕਿ ਕੁਛ ਚਾਅ ਵੀ ਹੁੰਦੇ ਨੇ ਬੰਦੇ ਦੇ ਰਹਿ ਜਾਂਦੇ ਨੇ। ਅੱਛਾ ਹਾਰੂਨ ਨਦੀਮ ਸਾਹਿਬ, ਇਹਦੇ ਤੁਹਾਡਾ ਇਨਕਲਾਬ ਜਵਾਨੀ ਵਿੱਚ ਤੁਸੀਂ ਜਿਹੜਾ ਖਾਸ ਕਰਕੇ ਸਾਡੇ ਧਰਤੀ ਦਾ ਇੱਕ ਖਾਸਾ ਹੈ ਕਿ ਲੋਕਾਂ ਨਾਲ ਜੁੜਤ, ਉਹਨਾਂ ਦੇ ਦੁੱਖ ਦਰਦਾਂ ਦੇ ਵਿੱਚ ਸ਼ਾਮਿਲ ਹੋਣਾ, ਉਹਨਾਂ ਦੀ ਗੱਲ ਕਰਨੀ ਬਹੁਤ ਵੱਡੀ ਹੈ ਔਰ ਤੁਸੀਂ ਵੱਡੇ ਆਦਮੀ ਹੋ। ਉਹ ਤੁਸੀਂ ਆਪਣੇ ਵੇਲੇ ਵਿੱਚ ਜਿਹੜਾ ਸਿਖਰ ਦਾ ਵੇਲਾ ਉਹਦੇ ਵਿੱਚ ਕੀਤੀ, ਉਹਦੀ ਲੋੜ ਵੀ ਸੀ, ਲੋੜ ਤਾਂ ਖੈਰ ਹੁਣ ਵੀ ਹੈ। 60s ਦਾ ਦੌਰ ਸੀ ਨਾ ਜੀ, ਤੁਸੀਂ ਦੇਖੋ ਉਸ ਵਕਤ ਮਾਸ਼ਾਅੱਲਾ ਅਯੂਬੀ ਦੌਰ ਜਿਹੜਾ ਸੀ, ਅਯੂਬੀ ਜਬਰ ਜਿਹੜਾ ਸੀ ਉਹ ਆਪਣੇ ਪੀਕ ਦੇ ਉੱਤੇ ਸੀ ਔਰ ਲੋਕ ਜਿਹੜੇ ਨੇ ਉਹ ਜਮਹੂਰੀਅਤ ਵਾਸਤੇ ਕੋਸ਼ਿਸ਼ ਕਰ ਰਹੇ ਸਨ। ਨੈਸ਼ਨਲ ਡੈਮੋਕ੍ਰੇਸੀ ਜਿਹੜੀ ਹੈ ਉਹ ਚੱਲ ਰਹੀ ਸੀ ਉਸ ਵਕਤ, ਬੇਸਿਕ ਡੈਮੋਕ੍ਰੇਸੀ ਜਿਹੜੀ ਹੈ ਉਹ ਬੁਨਿਆਦੀ ਜਮਹੂਰੀਅਤ ਜਿਹਨੂੰ ਕਿਹਾ ਗਿਆ ਅਯੂਬ ਸਾਹਿਬ ਨੇ, ਲੇਕਿਨ ਜਿਹੜੀ ਉਹ ਉਸ ਵਕਤ ਜ਼ੁਬਾਨ ਬੰਦੀਆਂ ਸਨ ਔਰ ਸਿਆਸੀ ਆਜ਼ਾਦੀਆਂ ਨਹੀਂ ਸਨ ਹੈਗੀਆਂ। ਜ਼ੁਲਫਕਾਰ ਅਲੀ ਭੁੱਟੋ ਸਾਹਿਬ ਆਏ, ਉਹਨਾਂ ਨੇ ਜਿਹੜਾ ਨਾਰਾ ਮਾਰਿਆ, ਲੋਕ ਸਾਰੇ ਉਹਨਾਂ ਨਾਲ ਜੁੜ ਗਏ, ਅਸੀਂ ਨੌਜਵਾਨ ਸਨ, ਸਾਨੂੰ ਵੀ ਉਹਨੇ ਜਿਹੜਾ ਮੁਤਾਸਰ ਕੀਤਾ। ਲਿਆਦਾ ਅਸੀਂ ਉਹ ਇਜਤਮਾਹੀ ਸੁੱਖ ਦੀ ਖਾਤਰ ਜਿਹੜਾ ਵੇ ਉਹ ਯਾਨੀ ਬਚਪਨ ਚ ਘਰ ਵੀ ਬਾਲਾ ਸਾਹਿਬ ਜਿਹੜੇ ਨੇ ਕਹਾਣੀਆਂ ਸੁਣਾਉਂਦੇ ਹੁੰਦੇ ਸਨ, ਇਹੋ ਜਿਹੀਆਂ ਸੁਣਾਉਂਦੇ ਸਨ, ਉੱਥੇ ਵੀ ਡਿਸਕਸ਼ਨ ਇਹੀ ਹੁੰਦੀ ਸੀ। ਮੇਰੀ ਨਾਨੀ ਜਿਹੜੀ ਹੈ ਵਾਲਦਾ ਜਿਹੜੇ ਨੇ ਉਹ ਤੇ ਮੈਂ 10th ਚ ਪੜ੍ਹਦਾ ਸਾਂ ਤੇ ਫੌਤ ਹੋ ਗਏ ਤੇ ਫਿਰ ਨਾਨੀ ਸਾਡੇ ਕੋਲ ਰਹਿਣੀ ਸ਼ੁਰੂ ਹੋ ਗਈ। ਉਹ ਹਰ ਵੇਲੇ ਇਹ ਦੁਆ ਮੰਗਦੇ ਸਨ ਕੁੱਲ ਦਾ ਭਲਾ ਤੇ ਕੁੱਲ ਦੀ ਖੈਰ। ਲਿਹਾਜ਼ਾ ਉਹ ਜਿਹੜਾ ਕੁੱਲ ਦਾ ਭਲਾ ਤੇ ਕੁੱਲ ਦੀ ਖੈਰ ਜਿਹੜੀ ਹੈ ਨਾ ਉਹ ਜ਼ਿੰਦਗੀ ਦਾ ਮਾਟੋ ਬਣ ਗਿਆ। ਬਿਲਕੁਲ, ਇੱਕ ਤੁਹਾਡਾ ਮੈਸੇਜਿੰਗ ਸਰਵਿਸ ਵੀ ਚਲਾਉਂਦੇ ਹੋ ਕੁੱਲ ਦਾ ਭਲਾ ਤੇ ਕੁੱਲ ਦੀ ਖੈਰ ਟਾਈਟਲ ਦੇ ਹੇਠ, ਔਰ ਉਹਦੇ ਚ ਬੜੀਆਂ ਦਾਨਿਸ਼ ਭਰੀਆਂ ਗੱਲਾਂ ਹੁੰਦੀਆਂ ਨੇ, ਬਹੁਤ ਕਿ ਬਹੁਤ ਘੱਟ ਲੋਕਾਂ ਨੂੰ ਸਮਝ ਆਉਂਦੀਆਂ ਨੇ, ਮੈਨੂੰ ਆਪ ਨਹੀਂ ਸਮਝ ਆਉਂਦੀ। ਰਾਏ ਜਿਹੜਾ ਕਰ ਰਿਹਾ ਹੁੰਦਾ ਉਹ ਬਹੁਤ ਵੱਡੀ ਗੱਲ ਸੋਚ ਕੇ ਕਰ ਰਿਹਾ ਹੁੰਦਾ। ਅੱਛਾ, ਇੱਕ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਲਿਖਾਰੀ ਬਣਨਾ ਚਾਹੁੰਦੇ ਸੋ ਜੀ ਜੀ, ਕਿਉਂਕਿ ਤੁਹਾਡਾ ਇੱਕ ਚਾਹ ਸੀ ਕਿ ਅੰਦਰ ਕੁਛ ਹੈ ਮੈਂ ਲਿਖਾਂ। ਕਿ ਤੁਸੀਂ ਹੁਣ ਤੱਕ ਜਿਹੜੀਆਂ ਕਹਾਣੀਆਂ ਸ਼ਾਇਰੀ ਮਜਮੂਈ ਤੌਰ ਤੇ ਤੁਸੀਂ ਕਾਲਮ ਵੀ ਲਿਖਦੇ ਹੋ, ਤੁਸੀਂ ਉਹਨਾਂ ਸਾਰਿਆਂ ਤੋਂ ਮੁਤਮਈਨ ਹੋ? ਮੁਤਮਈਨ ਹੋਣਾ ਜਿਸ ਸੈਂਸ ਵਿੱਚ, ਦੋ ਇਹਦੇ ਮਤਲਬ ਹੈ ਨੇ ਮੇਰੇ ਕੋਲ, ਤੁਸੀਂ ਬਾਰੇ ਮੈਨੂੰ ਦੱਸੋ ਕਿ ਕੀ ਮੁਤਮਈਨ ਹੋ ਤੁਸੀਂ? ਜਿਸ ਦਿਨ ਮੈਂ ਮੁਤਮਈਨ ਹੋ ਗਿਆ ਉਸ ਦਿਨ ਮੇਰੀ ਮੌਤ ਵਾਕਿਆ ਹੋ ਜਾਏਗੀ, ਉਸ ਦਿਨ ਮੈਂ ਪੂਰਾ ਹੋ ਜਾਵਾਂਗਾ। ਮੁਤਮਈਨ ਤਾਂ ਕਦੀ ਵੀ ਨਹੀਂ ਹੁੰਦਾ, ਬਲਕਿ ਹੁਣ ਕੰਮ ਔਖਾ ਹੋ ਗਿਆ, ਜਿਉਂ ਜਿਉਂ ਸਮਝਣ ਆਉਣੀ ਸ਼ੁਰੂ ਹੋ ਗਈ ਹੈ ਤੇ ਉਹ ਉਸ ਹੁਣ ਜਿਹੜਾ ਨਾ ਡਰ, ਇੱਕ ਖੌਫ ਰਹਿੰਦਾ ਕਿ ਵੀ ਇਹ ਚੀਜ਼ ਜਿਹੜੀ ਹੈ ਅੱਗੇ ਬਿਆਨ ਕਰਨੀ ਵੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ। ਫੈਜ਼ ਸਾਹਿਬ ਨੇ ਕਿਹਾ ਸੀ ਕਿ ਫਨਕਾਰ ਜਿਹੜਾ ਨਾ ਉਹ ਜਿਹੜਾ ਉਹਦੇ ਅੰਦਰ ਦਾ ਨਾਕਦ ਹੈ ਨਾ ਉਹ ਵੀ ਉਹਦੇ ਕਦ ਜਿੱਡਾ ਹੀ ਹੋਣਾ ਚਾਹੀਦਾ, ਨਾ ਉਹਦੇ ਤੋਂ ਛੋਟਾ ਹੋਣਾ ਚਾਹੀਦਾ ਨਾ ਉਹਦੇ ਤੋਂ ਵੱਡਾ ਹੋਣਾ ਚਾਹੀਦਾ। ਕਿ ਵੀ ਜੇ ਨਾਕਦ ਵੱਡਾ ਹੋ ਜਾਏ ਤੇ ਉਹ ਫਨਕਾਰ ਨੂੰ ਖਾ ਜਾਂਦਾ, ਠੀਕ ਹੈ, ਪਰ ਫਨਕਾਰ ਵੱਡਾ ਹੋਵੇ ਉਹ ਨਾਕਦ ਨੂੰ ਖਾ ਜਾਂਦਾ, ਫਿਰ ਉਹ ਜੋ ਕੁਛ ਵੀ ਹੈ ਗਲਤ ਸਲਤ ਉਹ ਵੀ ਜਿਹੜਾ ਵੀ ਕਰ ਦਿੰਦਾ। ਮੈਂ ਕੋਸ਼ਿਸ਼ ਤੇ ਕੀਤੀ ਜਦੋਂ ਮੈਂ ਪੜ੍ਹਿਆ ਫੈਜ਼ ਸਾਹਿਬ ਨੂੰ ਉਹਨਾਂ ਦਾ ਲੇਖ ਪੜ੍ਹਿਆ ਤੇ ਮੈਂ ਆਪਣਾ ਨਾਕਦ ਔਰ ਫਨਕਾਰ ਇੱਕੋ ਜਿਹੇ ਰੱਖਾਂ, ਲੇਕਿਨ ਮੇਰਾ ਜਿਹੜਾ ਨਾਕਦ ਹੈ ਨਾ ਉਹ ਕਦੀ ਕਦੀ ਮੇਰੇ ਨਾਲੋਂ ਵੱਡਾ ਹੋ ਜਾਂਦਾ। ਲਿਹਾਜ਼ਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਫਿਰ ਮੈਂ ਮਾਰਕੀਟ 'ਚ ਨਹੀਂ ਭੇਜਦਾ। ਅੱਛਾ, ਤੁਸੀਂ ਫੈਜ਼ ਸਾਹਿਬ ਨੂੰ ਵੀ ਦੇਖ ਲਓ ਨਾ ਕਿ ਵੀ ਨਕਸ਼ਾ ਫਰਿਆਦੀ ਕਿੱਡੀ ਕੁ ਕਿਤਾਬ ਹੈ ਔਰ ਹੁਣ ਉਹਨਾਂ ਦੇ ਕਿੰਨੀਆਂ ਚੀਜ਼ਾਂ ਨਿਕਲ ਆਈਆਂ ਨੇ ਜਿਹੜੀਆਂ ਛਾਇਆ ਨਹੀਂ ਹੋਈਆਂ ਤੇ ਉਹ ਦੁਬਾਰਾ ਛਾਇਆ ਕੀਤੀਆਂ ਜਾ ਰਹੀਆਂ। ਠੀਕ ਹੈ, ਔਰ ਉਹਨਾਂ ਨੂੰ ਛਾਇਆ ਕਰਨ ਦਾ ਜੋ ਵੀ ਮਕਸਦ ਹੈ ਉਹ ਤੁਸੀਂ ਵੀ ਸਮਝਦੇ ਹੋ, ਅਸੀਂ ਵੀ ਸਮਝਦੇ ਹਾਂ। ਅੱਛਾ ਹਾਰੂਨ ਜੀ, ਸਭ ਤੁਸੀਂ ਸ਼ੈਫ ਵੀ ਹੋ ਜੀ ਜੀ, ਇਹ ਛੋਟੇ ਹੁੰਦੇ ਆ ਕਿ ਘਰ ਵਿੱਚ ਕੁਛ ਹੁੰਦਾ ਹੈ ਖਾਣ ਪਕਾਉਣ ਦਾ, ਇਹ ਵੀ ਹੁੰਦਾ ਨਾ, ਕਹਿੰਦੇ ਨੇ ਜਿੱਥੇ ਬਹੁਤੀਆਂ
ਬੱਚੀਆਂ ਹੋਣ ਉਹਨਾਂ 'ਚ ਇੱਕ ਬੱਚਾ ਹੋਵੇ ਤੇ ਉਹਨਾਂ ਦੀ ਉਹਦੀ ਆਦਤ ਵੀ ਇਹੋ ਜਿਹੀ ਹੋ ਜਾਂਦੀ ਹੈ। ਤੁਸੀਂ ਭੈਣ ਭਰਾ ਕਿੰਨੇ ਹੋ ਪਹਿਲਾਂ ਇਹਦੇ ਦੱਸੋ ਨਾ। ਅਸੀਂ ਜੀ 6 ਭੈਣ ਭਰਾ ਵਾਂ। ਅੱਛਾ, ਮੈਂ ਸਭ ਤੋਂ ਵੱਡਾ ਵਾਂ, ਮੇਰੇ ਤੋਂ ਛੋਟੀ ਇੱਕ ਭੈਣ ਹੈ, ਫਿਰ ਇੱਕ ਭਾਈ ਹੈ, ਫਿਰ 2 ਭੈਣਾਂ ਨੇ ਤੇ ਫਿਰ ਸਭ ਤੋਂ ਛੋਟਾ ਭਾਈ ਹੈ। ਸਾਡੀ ਵਾਲਦਾ ਦੀ ਡੈਥ ਤੋਂ ਬਾਅਦ ਮੇਰੇ ਤੋਂ ਜਿਹੜੀ ਛੋਟੀ ਹੈ ਉਹ ਉਸ ਵੇਲੇ 6ਵੀਂ ਸੀ ਤੇ ਮੈਂ 10ਵੀਂ ਚੜਿਆ ਸਾਂ ਜਿਹਦੇ ਵਾਲਦਾ ਦੀ ਡੈਥ ਹੋਈ। ਕੈਦੀ ਘਰ ਮਿਲੇ ਸਨ, ਕੰਮ ਕਰਨ ਵਾਲੀਆਂ ਵੀ ਰੱਖੀਆਂ ਹੁੰਦੀਆਂ ਸਨ, ਲੇਕਿਨ ਹਾਂਡੀ ਜਿਹੜੀ ਹੈ ਨਾ ਉਹ ਮੇਰੀ ਭੈਣ ਪਕਾਉਂਦੇ ਸੀ ਜਾਂ ਮੈਂ ਪਕਾਉਂਦਾ ਹੁੰਦਾ ਸੀ। ਅੱਛਾ, ਇੱਕ ਆਦਤ ਤੇ ਉੱਥੋਂ ਪਈ। ਲੇਕਿਨ ਮੈਂ ਜਿਸ ਵਕਤ ਜਰਨਲਿਜ਼ਮ ਕਰ ਰਿਹਾ ਸਾਂ ਤੇ ਵਾਲਾ ਸਾਹਿਬ ਦੇ ਨਾਲ ਖਰਚੇ ਦੇ ਉੱਤੇ ਅਮੂਮਨ ਜਿਹੜਾ ਨਾ ਉਹ ਹੋ ਜਾਂਦਾ ਸੀ ਇਖਤਲਾਫ। ਵਾਲਾ ਸਾਹਿਬ ਜੇਲ੍ਹ ਦੇ ਮਹਿਕਮੇ 'ਚ ਇੱਕ ਵੱਡੀ ਪੋਸਟ ਦੇ ਉੱਤੇ ਸਨ, ਠੀਕ ਹੈ ਜੀ, ਤੇ ਮੈਂ ਲੰਡੇ ਦੇ ਕੱਪੜੇ ਪਾ ਕੇ ਪੜਿਆ ਆ। ਬਿਕੋਜ਼ ਦਾ ਸਾਈਕਲ ਸੀ ਜਿਹੜਾ 6ਵੀਂ 'ਚ ਅੱਬਾ ਜੀ ਨੇ ਲੈ ਕੇ ਦਿੱਤਾ ਸੀ, ਤੇ ਉਹ ਜਿੰਨਾ ਜਿਸ ਵੇਲੇ ਮੈਂ ਸਰਵਿਸ ਕਰ ਰਿਹਾ ਸਾਂ ਜਿੰਨਾ ਚਿਕਰ ਮੈਂ ਮੁਲਕ ਤੋਂ ਬਾਹਰ ਨਹੀਂ ਗਿਆ ਉਹ ਸਾਈਕਲ ਮੇਰੇ ਕੋਲ ਸੀ, ਮੈਂ ਚ ਆਪਣੇ ਛੋਟੇ ਭਰਾ ਨੂੰ ਦੇ ਕੇ ਗਿਆ ਸਾਂ। ਅੱਛਾ, ਉਹ ਸਾਹੀਵਾਲ ਜਿਸ ਵਕਤ ਮੈਂ ਪੜ੍ਹ ਰਿਹਾ ਸਾਂ ਤੇ ਕਾਲਜ ਨੇ ਜਾਣਾ ਸੀ ਸਵਾਤ ਤੇ 50 ਰੁਪਈਏ ਚਾਹੀਦੇ ਸਨ, ਮੈਨੂੰ ਮੇਰਾ ਜੇਬ ਖਰਚ ਮਿਲ ਗਿਆ ਆਇਆ ਸੀ। ਮੈਂ ਕਿਹਾ ਜੀ ਕਿ ਵੀ ਉਹ 50 ਰੁਪਈਏ ਚਾਹੀਦੇ ਨੇ ਤੇ ਮੈਂ ਜਾਣਾ ਹੈ ਸਵਾਤ ਜਾਣਾ। ਵਾਲਾ ਸਾਹਿਬ ਕਹਿਣ ਲੱਗੇ ਵੀ ਤੈਨੂੰ ਤੇਰਾ ਜੇਬ ਖਰਚ ਦਿੱਤਾ, ਮੇਰੀ ਬਾਕੀ ਵੀ ਲਾਦ ਹੈ। ਮੈਂ ਕਿਹਾ ਜੀ ਤੁਸੀਂ ਸਾਡੇ ਵਾਸਤੇ ਕੀਤਾ ਕੀ ਹੈ। ਮੈਂ ਨਹੀਂ, ਆਈ ਵਾਜ਼ ਅ ਕੁਆਇਟ ਯੰਗ ਐਂਗਰੀ ਮੈਨ, ਉਹ ਜਿਹੋ ਜਿਹੇ ਹੁੰਦੇ ਨੇ ਵੱਡਾ ਪੁੱਤਰ। ਫਿਰ ਮੈਂ ਕਿਹਾ ਤੁਸੀਂ ਸਾਡੇ ਵਾਸਤੇ ਕੀਤਾ ਕੀ ਹੈ, ਤੁਹਾਡੇ ਨਾਲ ਦੇ ਜਿਹੜੇ ਨੇ ਉਹਨਾਂ ਨੇ ਫਲੀਟ ਖਿਲਾਰੇ ਨੇ 2-2, 3-3 ਗੱਡੀਆਂ ਦੇ, ਉਹਨਾਂ ਦੀ ਗੁਲਬਰਗ 'ਚ ਕੋਠੀਆਂ ਨੇ ਲਾਹੌਰ, ਤੁਸੀਂ 6ਵੀਂ 'ਚ ਬੀਕੋ ਦਾ ਸਾਈਕਲ ਲੈ ਕੇ ਦਿੱਤਾ ਸੀ, ਪਤਾ ਨਹੀਂ ਕਿੰਨੀ ਵਾਰੀ ਵੈਲਡਿੰਗ ਹੋਇਆ, ਕਿੰਨੀ ਵਾਰੀ ਓਵਰਆਲ 'ਤੇ ਰੰਗ ਹੋਇਆ, ਉਹੀ ਘਸੀਟ ਰਿਹਾ ਵਾਂ, ਲੰਡੇ ਦੇ ਕੱਪੜੇ ਪਵਾ ਦਿੰਦੇ ਹੋ। ਤੁਹਾਡਾ ਜਿਹੜਾ ਚੀਫ ਹੈਡਵਾਰਡਰ ਹੈ ਉਹਦਾ ਮੁੰਡਾ ਬੋਸਕੀ ਦੇ ਕੱਪੜੇ ਪਾਉਂਦਾ ਅਤੇ ਮੋਟਰਸਾਈਕਲ 'ਤੇ ਕਾਲਜ ਜਾਂਦਾ। ਅਤੇ ਵਾਲਾ ਸਾਹਿਬ ਕਹਿਣ ਲੱਗੇ ਕਿ ਵੀ ਮੈਂ ਪੁੱਤਰ ਚੰਗਾ ਕੀਤਾ ਤੂੰ ਪੁੱਛ ਲਿਆ, ਜਿਸ ਵੇਲੇ ਤੇਰੀ ਔਲਾਦ ਹੋਏਗੀ ਤਾਂ ਤੈਨੂੰ ਪਤਾ ਲੱਗੇਗਾ ਮੈਂ ਤੇਰੇ ਵਾਸਤੇ ਕੀ ਕਰਕੇ ਗਿਆ। ਕਹਿਣ ਲੱਗੇ ਕਿ ਇੱਕ ਗੱਲ ਯਾਦ ਰੱਖੀ, ਕੋਈ ਬੱਚਾ ਹਰਾਮੀ ਨਹੀਂ ਪੈਦਾ ਹੁੰਦਾ, ਮਾਂ ਪਿਓ ਹਰਾਮ ਖਵਾ ਕੇ ਉਹਨਾਂ ਨੂੰ ਹਰਾਮ ਦਾ ਬਣਾ ਦਿੰਦੇ। ਲਿਹਾਜ਼ਾ ਉਹਨਾਂ ਦੀ ਉਹ ਗੱਲ ਮੇਰੇ ਪੱਲੇ ਸੀ। ਮੈਂ ਜਿਸ ਵਕਤ ਵੇਖਿਆ ਕਿ ਵੀ ਹੁਣ ਇਖਰਾਜਾਤ ਜਿਹੜੇ ਨੇ ਜ਼ਰਾ ਖਿਲਰ ਰਹੇ ਨੇ ਅਤੇ ਮੈਂ ਲਾਹੌਰ ਇੰਟਰਕੋਂਟੀਨੈਂਟਲ ਹੋਟਲ ਲਈ ਜੋਬ ਕਰ ਲਈ। ਅੱਛਾ, ਉਹ ਬਸ ਫਿਰ ਮੈਂ ਬਾਅਦ 'ਚ ਹੋਟਲ ਮੈਨੇਜਮੈਂਟ ਕੀਤਾ, ਫਿਰ ਤਾਂ ਸਾਰੀ ਜ਼ਿੰਦਗੀ ਹੋਟਲਾਂ ਦੇ ਵਿੱਚ ਨੌਕਰੀ ਕੀਤੀ ਔਰ ਉਹਦੇ ਨਾਲ ਜਰਨਲਿਜ਼ਮ ਨਹੀਂ ਛੱਡਿਆ, ਲਿਖਣਾ ਲਿਖਾਉਣਾ ਨਹੀਂ ਛੱਡਿਆ। ਲਿਹਾਜ਼ਾ ਇਹ ਦੋਵੇਂ ਮੇਰੀ ਜ਼ਿੰਦਗੀ ਦੇ ਹਿੱਸੇ ਨੇ, ਮੇਰੀ ਜ਼ਿੰਦਗੀ ਇਨਕੰਪਲੀਟ ਹੈ ਇਹਨਾਂ ਦੋਵਾਂ ਦੇ ਬਗੈਰ। ਬਹੁਤ ਅੱਲਾ ਹੋ ਗਿਆ। ਅੱਛਾ, ਮੈਂ ਇਹ ਪੁੱਛਣਾ ਚਾਹਾਂਗਾ ਕਿ ਹੁਣ ਜਿਹੜੇ ਸਾਡੇ ਹਾਲਾਤ ਨੇ, ਕਿਉਂਕਿ ਤੁਸੀਂ ਬਹੁਤ ਸਾਰੀਆਂ ਚੀਜ਼ਾਂ 'ਤੇ ਬੜੀ ਬਰੀਕੀ ਨਾਲ ਨਜ਼ਰ ਰੱਖਦੇ ਹੋ, ਅਤੇ ਉਹਦੇ ਵਿੱਚ ਮੈਂ ਚਾਹਾਂਗਾ ਕਿ ਉਹ ਪੁੱਛੀਏ, ਲੇਕਿਨ ਇੱਕ ਵਕਫਾ ਲੈਂਦੇ ਹਾਂ ਅਸੀਂ, ਵਕਫੇ ਤੋਂ ਬਾਅਦ ਆ ਕੇ ਫਿਰ ਗੱਲਬਾਤ ਅਸੀਂ ਇੱਥੇ ਸ਼ੁਰੂ ਕਰਾਂਗੇ। ਸਾਡਾ ਟੀਵੀ ਨੈਟਵਰਕ ਇੱਕ ਡਿਪਲੋਮਾ ਕਰਵਾ ਰਹੇ ਨਿਊਜ਼ ਕਾਸਟਰ, ਨਿਊਜ਼ ਰਿਪੋਰਟਰ, ਐਂਕਰ, ਹੋਸਟ ਤੇ ਬ੍ਰੌਡਕਾਸਟਿੰਗ ਦੀ ਟ੍ਰੇਨਿੰਗ ਲਈ ਜਿੰਨੇ ਵੀ ਤੁਸੀਂ ਸਾਡੇ ਨਾਲ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰੋ। ਜਗਤ ਪੰਜਾਬੀਆਂ ਦੀ ਆਵਾਜ਼, ਸਾਡਾ ਟੀਵੀ ਨੈਟਵਰਕ। ਕਿੰਨ ਕਰਨੇ ਪਿਆਰ ਜੇ ਤੂੰ ਪੁੱਛਦਾ ਏ ਯਾਰਾ, ਕਿੰਨ ਕਰਦੇ ਆ ਪਿਆਰ ਜੇ ਤੂੰ ਪੁੱਛਦਾ ਏ ਯਾਰਾ, ਤੂੰ ਤੇ ਸਾਂ ਤੋਂ ਵੀ ਨੇੜੇ, ਤੂੰ ਤੇ ਜਾਂ ਤੋਂ ਵੀ ਪਿਆਰਾ, ਤੂੰ ਤੇ ਸਾਂ ਤੋਂ ਵੀ ਨੇੜੇ, ਤੂੰ ਤੇ ਜਾਂ ਤੋਂ ਵੀ ਪਿਆਰਾ। ਮੈਂ ਹਾਂ ਸੋਭਿਆ ਜਮਾਲ ਹਾਸ਼ਮੀ, ਤੁਸੀਂ ਦੇਖ ਰਹੇ ਹੋ STN ਸਾਡਾ ਟੀਵੀ ਨੈਟਵਰਕ। ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਸਾਡਾ ਟੀਵੀ ਨੈਟਵਰਕ, ਜਗਤ ਪੰਜਾਬੀਆਂ ਦੀ ਆਵਾਜ਼। ਥੈਂਕ ਯੂ ਵੈਰੀ ਮੱਚ ਜੀ, ਮੇਰੇ ਸਾਰੇ ਪੰਜਾਬੀ ਭਰਾ ਖੁਸ਼ ਰਹਿਣ। ਕਵਾਲੀ ਵਾਲੇ ਵੱਲੋਂ, ਹਾਰੂਨ ਅਲੀ ਵੱਲੋਂ, ਕਵਾਲੀ ਵਾਲੇ ਬੈਂਡ ਦੀ ਤਰਫ ਤੋਂ ਸਾਰੇ ਪੰਜਾਬੀ ਭਰਾ ਖੁਸ਼ ਰਹਿਣ, ਹੱਸਦੇ ਵਸਦੇ ਰਹਿਣ। ਸ਼ੁਕਰੀਆ ਬਹੁਤ। ਥੈਂਕ ਯੂ ਵੈਰੀ ਮੱਚ। ਅਗਰ ਤੁਹਾਡੇ ਚ ਕੋਈ ਟੈਲੈਂਟ ਜਿਹੜਾ ਤੁਸੀਂ
शीशे विच सजना पे सजदिए तस्वीर तेरी मैनू रब ने बनाया तेरे नहीं वे मैं अजला तो जागीर तेरी मेरे दिल दे शीशे विच सजना लाइक करो ते सब्सक्राइब करो साडा टीवी नेटवर्क जगत पंजाबियां दी आवाज सुन पढ़ पंजाबी पढ़ लिख बोल पंजाबी बोल एसटीएन साडा टीवी नेटवर्क जी आयां नूं जी प्रोग्राम से आप विच जनाब हरमदीन साहब साडे नाल ने ते गल्लां असीं ਕਿਹਦੀਆਂ ਕਰ ਰਹੇ ਭਲਾ ਤੁਹਾਡੀਆਂ ਕਰ ਰਹੇ ਆਪਣੀਆਂ ਕਰ ਰਹੇ ਕਿਉਂਕਿ ਗੱਲ ਉਹੀ ਹੁੰਦੀ ਹੈ ਜਿਹੜੀ ਤੁਹਾਨੂੰ ਆਪਣੀ ਲੱਗੇ ਔਰ ਹਾਰੂਨ ਅਦੀਮ ਸਾਹਿਬ ਮਾਸ਼ਾਅੱਲਾ ਇਹਨਾਂ ਦਾ ਇੱਕ ਤਜਰਬਾ ਹੈ ਔਰ ਹਮੇਸ਼ਾ ਜ਼ਿੰਦਗੀ ਦੇ ਵਿੱਚ ਤਜਰਬੇ ਹੀ ਬੋਲਦੇ ਨੇ ਔਰ ਉਹੀ ਸੱਚ ਹੁੰਦਾ ਹੈ ਹਮੇਸ਼ਾ ਕੋਈ ਵੀ ਸੱਚਾਈ ਤੁਹਾਡੇ ਤਜਰਬੇ ਤੁਹਾਡੇ ਮੁਸ਼ਾਹਦੇ ਦੀ ਮੁਹਤਾਜ ਹੁੰਦੀ ਹੈ ਔਰ ਜਦੋਂ ਤੁਹਾਡੇ ਕੋਲ ਮੁਸ਼ਾਹਿਦਾ ਹੋਵੇ ਤੇ ਫਿਰ ਸੁਣਨ ਵਾਲੇ ਨੂੰ ਉਹ ਗੱਲ ਬਿਲਕੁਲ ਆਪਣੀ ਲੱਗਦੀ ਹੈ ਜਿਵੇਂ ਤੁਸੀਂ ਕਰ ਰਹੇ ਹੋ ਅੱਛਾ ਹਾਰੂਨ ਅਦੀਮ ਸਾਹਿਬ ਹੁਣ ਜਿਹੜਾ ਸਾਡਾ ਮੌਜੂਦਾ ਸੂਰਤ ਹਾਲ ਹੈ ਮੈਂ ਪਹਿਲੇ ਪੰਜਾਬੀ ਦੀ ਪੰਜਾਬ ਦੀ ਗੱਲ ਕਰਾਂਗਾ ਜੀ ਜੀ ਦੁਨੀਆਂ ਦਾ ਸਭ ਤੋਂ ਵੱਡਾ ਪੰਜਾਬ ਜੀ ਜੀ ਦੁਨੀਆਂ ਦੀ ਸਭ ਤੋਂ ਵੱਡੀ ਪੰਜਾਬੀ ਜਿਹੜੀ ਆਬਾਦੀ ਉਹ ਇੱਥੇ ਰਹਿੰਦੀ ਹੈ ਜੀ ਜੀ ਲੇਕਿਨ ਇਹਨਾਂ ਕੋਲ ਆਪਣੀ ਜਿਹੜੀ ਅਸਲ ਸਿਆਪ ਹੈ ਅਸਲ ਪਛਾਣ ਹੈ ਜ਼ਬਾਨ ਉਹ ਨਹੀਂ ਹੈ ਤੇ ਕਿਸ ਤਰ੍ਹਾਂ ਇਹ ਚੱਲੇਗਾ ਪੰਜਾਬੀ ਕੌਮ ਕੀ ਇਸ ਤਰ੍ਹਾਂ ਕਾਇਮ ਰਹੇ ਗੱਲ ਇਹ ਹੈ ਜੀ ਕਿ ਤੁਸੀਂ ਦੇਖੋ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਪੰਜਾਬ ਦੇ ਨਾਲ ਜਿਹੜਾ ਤਰੋ ਕੀਤਾ ਜਾ ਰਿਹਾ ਇਹ ਦੁਨੀਆਂ ਦੇ ਕਿਸੇ ਹੋਰ ਖਿੱਤੇ 'ਚ ਨਹੀਂ ਹੋਇਆ ਤੁਹਾਨੂੰ ਬਹੁਤ ਮਾਜ਼ੀ ਦੇ ਵਿੱਚ ਜਾਣਾ ਪਏਗਾ ਪੰਜਾਬ ਜਿਹੜਾ ਹੈ ਇਹਨੇ ਜਿਹੜੀ ਰੈਜ਼ਿਸਟੈਂਸ ਕੀਤੀ ਗੋਰਿਆਂ ਦੇ ਖਿਲਾਫ ਅੰਗਰੇਜ਼ੀ ਰਾਜ ਦੇ ਖਿਲਾਫ ਮੇਰਾ ਮਤਲਬ ਤਾਰੀਖ ਦਾ ਹਿੱਸਾ ਹੈ ਕਿ ਪੰਜਾਬ ਵਿੱਚ ਗੋਰਿਆਂ ਦਾ ਸਭ ਤੋਂ ਬਾਅਦ ਵਿੱਚ ਤਸੱਲਤ ਕਾਇਮ ਹੋਇਆ ਇਹਨਾਂ ਨੇ ਇਹਨਾਂ ਨੂੰ ਉਹ ਖਰੜ ਹੋਵੇ ਭਗਤ ਸਿੰਘ ਹੋਵੇ ਨਿਜ਼ਾਮ ਲੋਹਾਰ ਹੋਵੇ ਜੱਗਾ ਹੋਵੇ ਕਰਤਾਰ ਸਿੰਘ ਹੋਵੇ ਇਹਨਾਂ ਨੇ ਜਿਹੜੀ ਉਹਨਾਂ ਦੇ ਖਿਲਾਫ਼ ਜਿਹੜੀ ਰੈਜ਼ਿਸਟੈਂਸ ਕੀਤੀ ਔਰ ਉਹਨਾਂ ਦੇ ਨਾਲ ਜਿਹੜੀ ਲੜਾਈ ਲੜੀ ਔਰ ਜਿਹੜਾ ਵੇ ਸਿੱਖ ਰਾਜ ਜਿਹੜਾ ਹੈ ਉਹਦੇ ਵਿੱਚ ਤੁਸੀਂ ਰਣਜੀਤ ਸਿੰਘ ਨੇ ਜਿਹੜਾ ਵੇ ਦੇ ਨਾਲ ਜੋ ਕੁਛ ਉਹਨਾਂ ਨੇ ਕੀਤਾ ਔਰ ਜਿੰਨੀ ਉਹਨੇ ਰਿਜ਼ੈਂਟਮੈਂਟ ਕੀਤੀ ਉਹਦਾ ਉਹਨਾਂ ਨੇ ਜਿਹੜਾ ਵੇ ਪੰਜਾਬ ਨੂੰ ਇਹ ਨੁਕਸਾਨ ਪਹੁੰਚਾਇਆ ਉਹਦਾ ਬਦਲਾ ਇਸ ਤਰ੍ਹਾਂ ਲਿਆ ਕਿ ਬਾਕੀ ਤਿੰਨਾਂ ਸੂਬਿਆਂ ਦੇ ਵਿੱਚ ਚੌਵਾਂ ਸੂਬਿਆਂ 'ਚ ਉਹਨਾਂ ਦੀ ਜ਼ੁਬਾਨ ਲਿਪੀ ਦਾ ਮਸਲਾ ਹੱਲ ਕਰਕੇ ਗਏ ਬਲਕਿ ਪੂਰੇ ਹਿੰਦੁਸਤਾਨ ਦੇ ਵਿੱਚ ਸਿਰਫ ਇੱਥੋਂ ਦੇ ਹਾਂਜੀ ਪੂਰੇ ਹਿੰਦੁਸਤਾਨ ਜਿੱਥੇ ਵੀ ਲੇਕਿਨ ਕੀਤਾ ਪੰਜਾਬ ਦੇ ਵਿੱਚ ਉਹਨਾਂ ਨੇ ਖਾਸ ਤੌਰ 'ਤੇ ਉਰਦੂ ਨੂੰ ਲਾਗੂ ਕੀਤਾ ਫੋਰਟ ਵਿਲੀਅਮ ਕਾਲਜ ਜਿਹੜਾ ਵੇ ਉਹ ਵੀ ਉਰਦੂ ਦੇ ਖਿਲਾਫ ਵਾਸਤੇ ਬਣਾਇਆ ਗਿਆ ਜੀ ਬਿਲਕੁਲ ਉੱਥੇ ਉਰਦੂ ਲਫ਼ਜ਼ ਇਜਾਦ ਹੀ ਉੱਥੇ ਹੋਇਆ ਔਰ ਮਤਲਬ ਸਭ ਤੋਂ ਪਹਿਲੇ ਆਉਂਦੇ ਹੀ ਪੰਜਾਬ ਦੀ ਜ਼ੁਬਾਨ ਖਤਮ ਕੀਤੀ ਗਈ ਜੀ ਜੀ ਅੱਛਾ ਹੁਣ ਜਿਹੜੀ ਮੈਂ ਗੱਲ ਕਰਨ ਲੱਗਾ ਜਿਹਦੇ ਵੱਲ ਲੋਕਾਂ ਦੀ ਤਵੱਜੋ ਨਹੀਂ ਜਾਂਦੀ ਤੁਸੀਂ ਵੱਡੇ ਤੋਂ ਵੱਡੇ ਦਾਨਿਸ਼ਵਰ ਨਾਲ ਗੱਲ ਕਰ ਲਵੋ ਉਹ ਇਸ ਤਕਲੀਫ਼ ਨੂੰ ਮਹਿਸੂਸ ਨਹੀਂ ਕਰਦਾ ਪਾਕਿਸਤਾਨ ਦੀ ਜਿਹੜੀ ਤਕਸੀਮ ਹੈ ਉਹ ਦੁਨੀਆਂ 'ਚ ਹੋਰ ਕਿਤੇ ਇਹੋ ਜਿਹੀ ਤਕਸੀਮ ਨਹੀਂ ਹੋਈ ਕਿ ਤੁਸੀਂ ਜ਼ਮੀਨ 'ਤੇ ਵੰਡੀ ਲੇਕਿਨ ਜ਼ਮੀਨ ਵੰਡਣ ਦੇ ਨਾਲ ਤੁਸੀਂ ਕਲਚਰ ਵੀ ਵੰਡ ਦਿੱਤਾ ਅਤੇ ਜ਼ੁਬਾਨ ਵੀ ਵੰਡ ਦਿੱਤੀ ਯਾਨੀ ਪਹਿਲੇ ਪੰਜਾਬੀ ਜਿਹੜੇ ਦੋਵੇਂ ਪੰਜਾਬ ਜਿਸ ਵਕਤ ਸਾਂਝੇ ਸਨ ਅਤੇ ਇਹ ਪੰਜਾਬੀ ਕਲਚਰ ਸੀ ਅਤੇ ਪੰਜਾਬੀ ਜ਼ੁਬਾਨ ਸੀ ਹੁਣ ਜਿਹੜਾ ਇਹ ਮੁਸਲਿਮ ਕਲਚਰ ਹੈਗਾ ਪੰਜਾਬ ਦਾ ਪੰਜਾਬੀ ਮੁਸਲਿਮ ਕਲਚਰ ਔਰ ਜ਼ੁਬਾਨ ਜਿਹੜੀ ਹੈ ਉਹ ਸ਼ਾਹ ਲਿਪੀ ਤੁਸੀਂ ਕਰਾਰ ਦੇ ਦਿੱਤੀ ਔਰ ਉੱਧਰ ਦੀ ਤੁਸੀਂ ਗੁਰਮੁਖੀ ਕਰਾਰ ਦੇ ਦਿੱਤੀ ਔਰ ਸਿੱਖ ਕਲਚਰ ਕਰਾਰ ਦੇ ਦਿੱਤਾ ਲੇਕਿਨ ਉੱਥੇ ਦਾ ਹਿੰਦੂ ਜਿਹੜਾ ਪੰਜਾਬੀ ਹੈ ਉਹ ਕਿਹੜਾ ਕਲਚਰ ਹੈ ਉਹ ਕਿੱਥੇ ਵੇ ਕਲਚਰ ਔਰ ਜ਼ੁਬਾਨ ਦੀ ਕੋਈ ਮਜ਼ਹਬ ਨਹੀਂ ਹੁੰਦਾ ਤੁਸੀਂ ਜਿਹੜੀ ਇਹ ਮਜ਼ਹਬੀ ਤਕਸੀਮ ਕੀਤੀ ਉਹਦੇ ਨਾਲ ਇੱਕ ਤਾਂ ਤੁਸੀਂ ਇਹ ਕੀਤਾ ਕਿ ਵੀ ਪੰਜਾਬ ਕੋਲੋਂ ਰਸਲ ਕਹਿੰਦਾ ਕਿ ਕੌਮਾਂ ਦੇ ਉੱਤੇ ਰਾਜ ਕਰਨ ਦਾ ਇੱਕ ਇਹ ਵੀ ਤਰੀਕਾ ਕਿ ਤੁਸੀਂ ਇਹਨਾਂ ਕੋਲੋਂ ਉਹਨਾਂ ਦੀ ਜ਼ੁਬਾਨ ਖੋਲੋ
ਸ਼ਨਾਖਤ ਖੋ ਲਵੋ ਖਤਮ ਹੋ ਜਾਏਗੀ, ਖਤਮ ਹੋ ਗਈ। ਲਿਹਾਜ਼ਾ ਪੰਜਾਬ ਕੋਲੋਂ ਜ਼ੁਬਾਨ ਖੋਈ ਗਈ ਹੈ। ਹੁਣ ਤੱਕ ਕੋਈ ਅਜਿਹਾ ਜਿਹੜਾ ਵੇ ਹਕੂਮਤ ਨਹੀਂ ਆਈ, ਮਤਲਬ ਸਾਡੇ ਜਿਹੜੇ ਮੌਜੂਦਾ ਹਕੂਮਤ ਹੈ, ਤੁਹਾਨੂੰ ਯਾਦ ਹੋਏਗਾ 88 ਦੇ ਵਿੱਚ ਇਹਨਾਂ ਨੇ ਜਾਗ ਪੰਜਾਬੀ ਜਾਗ ਤੇਰੀ ਪੱਗ ਨੂੰ ਲੱਗ ਗਿਆ ਦਾਗ ਦਾ ਨਾਰਾ ਮਾਰਿਆ ਸੀ, ਸਿਰਫ ਬੇਨਜ਼ੀਰ ਭੁੱਟੋ ਦਾ ਪੰਜਾਬ ਵਿੱਚ ਸੀਟਾਂ ਲੈਣ ਤੋਂ ਰਸਤਾ ਰੋਕਣ ਵਾਸਤੇ, ਕਿ ਸਿੰਧ ਵਿੱਚ ਜਿਸ ਵਕਤ ਉਹਨਾਂ ਨੇ ਦੇਖਿਆ ਕਿ ਸਿੰਧ 'ਚ ਉਹਦੀ ਅਕਸਰੀਅਤ ਲੈ ਗਈ ਹੈ, ਅਤੇ ਉਹਨਾਂ ਨੇ ਕਿਹਾ ਜੀ ਪੰਜਾਬ ਵਿੱਚ ਵੀ ਲੈ ਗਈ ਤਾਂ ਫਿਰ ਤਾਂ ਗਈ ਸਾਰੀ ਕਹਾਣੀ, ਔਰ ਉਹਦੇ ਵਿੱਚ ਰਿਆਸਤੀ ਅਦਾਰੇ ਵੀ ਸ਼ਾਮਿਲ ਸਨ। ਲਿਹਾਜ਼ਾ ਹੋਣਾ ਤਾਂ ਇਹ ਚਾਹੀਦਾ ਸੀ ਕਿ ਜਿਸ ਵਕਤ ਜਿੱਤ ਗਏ ਸਨ ਇਹ ਪੰਜਾਬ ਦੇ ਵਿੱਚ ਪੰਜਾਬੀ ਲਾਗੂ ਕਰ ਦਿੰਦੇ, ਲੇਕਿਨ ਅੱਜ ਤੱਕ ਇਹਨਾਂ ਨੇ ਕਦੀ ਪੰਜਾਬ ਅਸੈਂਬਲੀ 'ਚ ਪੰਜਾਬੀ ਤਕਰੀਰ ਕੀਤੀ ਹੈ। ਤੁਹਾਡੇ ਵਜ਼ੀਰ ਆਲਾ ਸਾਹਿਬ ਦੋ ਵਾਰੀ ਆਏ ਨੇ ਪਿਲਾਕ ਵਿੱਚ, ਔਰ ਉੱਥੇ ਲੋਕਾਂ ਨੇ ਮੰਗ ਵੀ ਕੀਤੀ ਕਿ ਪੰਜਾਬੀ ਤਕਰੀਰ ਕਰੋ, ਲੇਕਿਨ ਉਹਨਾਂ ਨੇ ਪੰਜਾਬੀ ਤਕਰੀਰ ਨਹੀਂ ਕੀਤੀ। ਉਸ ਵਕਤ ਉਹ ਨਜ਼ਰੀਆ ਪਾਕਿਸਤਾਨ ਜਿਹੜਾ ਵੇ ਉਹ ਮਜੀਦ ਨਿਜ਼ਾਮੀ ਵਾਲਾ ਉਹ ਜਿਹੜਾ ਵੇ ਖਤਰੇ 'ਚ ਪੈ ਜਾਂਦਾ। ਲਿਹਾਜ਼ਾ ਮੈਂ ਸਮਝਦਾ ਕਿ ਵੀ ਇਹ ਹੁਣ ਜਿਹੜੀ ਇਹ ਜਾਗਰਤੀ ਆ ਗਈ ਹੈ, ਹੁਣ ਇਹ ਜਿਹੜਾ ਕਲਚਰਲ ਰੇਪ ਹੈ ਨਾ ਪੰਜਾਬ ਦੇ ਨਾਲ, ਇਹ ਜ਼ਿਆਦਾ ਦੇਰ ਚੱਲਣਾ ਨਹੀਂ। ਤੁਸੀਂ ਦੇਖੋ ਕਿ ਵੀ ਸੁਪਰੀਮ ਕੋਰਟ ਨੇ ਕਿਹਾ ਕਿ ਜਨਾਬ ਤੁਸੀਂ ਪੰਜਾਬੀ ਜ਼ੁਬਾਨ ਨੂੰ ਲਾਗੂ ਕਰੋ, ਤੁਸੀਂ ਪੰਜਾਬੀ ਜ਼ੁਬਾਨ ਨੂੰ ਕਤਲ ਕਰੋ ਕੀਤਾ। ਖਾਜਾ ਜੀ ਐਸ ਖਾਜਾ ਸਾਹਿਬ ਜਿਹੜੇ ਸਨ ਚੀਫ ਜਸਟਿਸ ਸਾਹਿਬ, ਉਹਨਾਂ ਦੇ ਰਿਮਾਰਕਸ ਨੇ ਕਿ ਪੰਜਾਬੀ ਨੂੰ ਇੱਥੇ ਕਤਲ ਕੀਤਾ ਗਿਆ ਵੇ, ਉਹਦਾ ਕਤਲੇਆਮ ਕੀਤਾ ਗਿਆ, ਔਰ ਇਹ ਕਦੀ ਜਿਹੜਾ ਵੇ ਸਕ੍ਰਿਪਟ ਦਾ ਰੌਲਾ ਪਾ ਕੇ ਜਿਹੜਾ ਵੇ ਉਹਦੀ ਬੜੋਤੀ ਜਿਹੜੀ ਉਹਨੂੰ ਰੋਕ ਲੈਂਦੇ ਨੇ, ਕਦੀ ਜਿਹੜਾ ਵੇ ਕੋਈ ਹੋਰ ਪੱਖ ਕੱਢ ਲੈਂਦੇ ਨੇ। ਅਤੇ ਮੈਂ ਇਹ ਸਮਝਦਾ ਕਿ ਪੰਜਾਬ ਜਿਹੜਾ ਵੇ ਫਿਰ ਮੈਂ ਅਕਸਰ ਇਹ ਕੋਟ ਕਰਨਾ ਵਾਂ ਹਜ਼ਰਤ ਮੁਜੱਦਦ ਅਲ ਅਫਸਾਨੀ ਦਾ, ਉਹ ਜਿਹੜਾ ਕੋਲ ਹੈ ਕਿ ਲਾਹੌਰ ਹਿੰਦੁਸਤਾਨ ਕੇ ਤਮਾਮ ਸ਼ਹਿਰੋਂ ਕਾ ਕੁਤਬਲ ਇਰਸ਼ਾਦ ਹੈ, ਯਹਾਂ ਜਿਸ ਬਾਤ ਕਾ ਚਰਚਾ ਹੋਗਾ ਵਾ ਹਿੰਦੁਸਤਾਨ ਕੇ ਤਮਾਮ ਸ਼ਹਿਰੋਂ ਮੇਂ ਰਿਵਾਜ ਪਾਏਗੀ। ਲਾਹੌਰ ਕੋਲੋਂ ਔਰ ਪੰਜਾਬ ਕੋਲੋਂ ਉਹਦਾ ਜਿਹੜਾ ਅਸਲ ਕਿਰਦਾਰ ਹੈ ਫਿਕਰੀ, ਸਮਾਜੀ, ਸਿਆਸੀ, ਸਕਾਫਤੀ, ਤਹਿਜ਼ੀਬੀ ਔਰ ਅਸਕਰੀ ਅਗਵਾਈ ਕਰਨ ਦਾ ਉਹ ਖੋਲਿਆ ਗਿਆ। ਵਰਨਾ ਕੋਈ ਮੂਵਮੈਂਟ ਜਿਹੜੀ ਹੈ ਉਹ ਤੁਸੀਂ ਅਗਰ ਤਾਰੀਖ ਦੇਖੋ ਤੇ ਤਦ ਤੱਕ ਉਹ ਅਵਾਮੀ ਮੂਵਮੈਂਟ ਨਹੀਂ ਬਣੀ ਜਿਹਨਾਂ 'ਚ ਲਾਹੌਰ ਔਰ ਪੰਜਾਬ ਨੇ ਉਹਦੇ 'ਚ ਸ਼ਮੂਲੀਅਤ ਨਹੀਂ ਕੀਤੀ। ਠੀਕ ਹੈ ਜੀ, ਫਿਕਰ ਇੱਥੋਂ ਚੱਲਦੀ ਹੈ, ਫੈਸ਼ਨ ਇੱਥੋਂ ਚੱਲਦਾ ਵੇ। ਲਾਹੌਰ ਮਾਰਸ਼ਲ ਲਾ ਤੋਂ ਬਾਅਦ ਲਾਹੌਰ ਦਾ ਔਰ ਪੰਜਾਬ ਦਾ ਕਿਰਦਾਰ ਜਿਹੜਾ ਬਦਲ ਦਿੱਤਾ ਗਿਆ। ਲਿਹਾਜ਼ਾ ਉਹਦੀ ਵਜ੍ਹਾ ਨਾਲ ਤੁਸੀਂ ਦੇਖੋ ਕਿ ਕੋਈ ਤਬਦੀਲੀ ਵੀ ਨਹੀਂ ਆ ਰਹੀ। ਜਿੰਨਾ ਚਿਕਰ ਲਾਹੌਰੀਆ ਬਾਹਰ ਸੜਕਾਂ 'ਤੇ ਨਹੀਂ ਨਿਕਲਣਗੇ, ਉਹਨਾਂ ਚਿਕਰ ਉਹ ਭਾਵੇਂ ਤੁਸੀਂ ਇਸਲਾਮਾਬਾਦ 10 ਲੱਖ ਬੰਦਾ ਲੈ ਜਾਓ, ਤਬਦੀਲੀ ਨਹੀਂ ਆਉਣੀ। ਬਿਲਕੁਲ ਇਸੇ ਤਰ੍ਹਾਂ ਹੀ। ਅੱਛਾ, ਹੁਣ ਅਸੀਂ ਅੱਗੇ ਜ਼ਰਾ ਚੱਲਦੇ ਹਾਂ। ਸੀ ਪੈਕ ਇੱਕ ਦੁਨੀਆਂ ਦੇ ਵਿੱਚ, ਨਾ ਸਿਰਫ ਏਸ਼ੀਆ ਦੇ ਵਿੱਚ, ਦੁਨੀਆਂ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ। ਕੀ ਤੁਹਾਨੂੰ ਇਹਦੇ ਵਿੱਚ ਨਜ਼ਰ ਆ ਰਿਹਾ, ਕਿਉਂਕਿ ਇਹਦੇ ਵਾਸਤੇ ਬਹੁਤ ਸਾਰੇ ਰੌਲੇ ਵੀ ਪਏ ਨੇ, ਸਾਡੇ ਗੁਆਂਢੀ ਮੁਲਕ ਜਿਹੜੇ ਨੇ ਉਹਨਾਂ ਨੂੰ ਵੀ ਕਾਫੀ ਸਾਰਾ ਵਕਤ ਪਿਆ ਹੋਇਆ, ਔਰ ਬਹੁਤ ਸਾਰੇ ਲੋਕਾਂ ਦੇ ਮੁਫਾਦਾਤ ਨੇ ਜਿਹਨਾਂ ਨੂੰ ਨੁਕਸਾਨ ਹੈ, ਬਹੁਤ ਸਾਰਿਆਂ ਦੇ ਮੁਫਾਦਾਤ ਵਿੱਚ ਸ਼ਾਮਿਲ ਨੇ। ਹੁਣ ਇਹ ਜਿਹੜੀ ਖਿੱਚਾ ਧੋਈ ਹੈ, ਇਹਦੇ ਵਿੱਚ ਪਾਕਿਸਤਾਨ ਨੂੰ ਤੁਸੀਂ ਕਿੱਥੇ ਵੇਖ ਰਹੇ ਹੋ, ਔਰ ਇਹ ਸੀ ਪੈਕ ਦੇ ਬਾਰੇ ਮੁਖਤਸਰ ਜ਼ਰਾ ਕਿਸ ਤਰ੍ਹਾਂ ਤੁਸੀਂ? ਸੀ ਪੈਕ ਜਿਹੜਾ ਨਾ ਜੀ, ਇਹ ਬਾਕੀ ਗੇਮ ਚੇਂਜਰ ਹੈ ਅਗਰ ਇਹਦੇ 'ਤੇ ਅਮਲ ਹੋ ਗਿਆ, ਔਰ ਅਮਲ ਇਹਦੇ 'ਤੇ ਹੋਣਾ। ਉਹਦੀ ਵਜ੍ਹਾ ਹੈ ਕਿ ਵੀ ਸੀ ਪੈਕ ਦੀ ਜਿਹੜੀ ਹਿਫਾਜ਼ਤ ਹੈ ਉਹ ਪਾਕਿਸਤਾਨ ਆਰਮੀ ਦੇ ਜ਼ਿੰਮੇ ਨੇ। ਤੁਹਾਨੂੰ ਪਤਾ ਕਿ ਵੀ ਪਿਛਲੇ ਆਰਮੀ ਚੀਫ ਦੇ ਨਾਲ ਜਿਹੜਾ ਵੇ ਨਵਾਜ਼ ਸ਼ਰੀਫ ਸਾਹਿਬ ਦਾ ਜਿਹੜਾ ਬੁਨਿਆਦੀ ਮਸਲਾ ਬਣਿਆ ਸੀ ਜਿਸਲੇ ਇੰਗਲੈਂਡ ਚਲੇ ਗਏ ਸਨ, ਉਹ ਇਹੀ ਸੀ ਕਿ ਚਾਈਨਾ ਜਿਹੜਾ ਵੇ ਉਹਨੇ ਬਕਾਇਦਾ ਮੈਸੇਜ ਭੇਜਿਆ, ਇਹ ਡੌਨ 'ਚ ਖਬਰ ਵੀ ਛਪੀ ਔਰ ਇਹਦੀ ਤਰਦੀਦ ਨਹੀਂ ਆਈ, ਲਿਹਾਜ਼ਾ ਨਾ ਫੌਜ ਵੱਲੋਂ ਨਾ ਉਹਨਾਂ ਵੱਲੋਂ, ਲਿਹਾਜ਼ਾ ਇਹਨੂੰ ਸੱਚ ਮੰਨਿਆ ਗਿਆ। ਉਹਨਾਂ ਨੇ ਕਿਹਾ ਕਿ ਜਨਾਬ ਅਸੀਂ ਇਹ ਚਾਹੁੰਦੇ ਹਾਂ ਕਿ ਗਵਰਨੈਂਸ ਜਿਹੜੀ ਹੈ ਇਹਦੀ ਸੀ ਪੈਕ ਦੀ ਉਹ ਪਾਕਿਸਤਾਨ ਆਰਮੀ ਦਾ ਚੀਫ ਜੋ ਵੀ ਹੋਵੇ ਉਹ ਕਰੇ, ਉਹ ਇਹਦੇ 'ਤੇ ਸਾਨੂੰ ਗਰੰਟੀ ਦੇਵੇ, ਕਿਉਂਕਿ ਜਿਹੜੇ ਨੇ ਵਜ਼ੀਰ ਆਜ਼ਮ ਸਾਹਿਬ ਨੇ ਇਹਨਾਂ ਨੇ ਇਹਨੂੰ ਬਹੁਤ ਸਾਰੀਆਂ ਮਿਨਿਸਟਰਾਂ 'ਚ ਖਿਲਾਰ ਦਿੱਤਾ, ਜਿਹਦੀ ਵਜ੍ਹਾ ਨਾਲ ਜਿਹੜਾ ਵੇ ਪ੍ਰੋਗਰੈਸ ਜਿਹੜੀ ਉਹ ਸਲੋਅ ਹੋ ਗਈ ਹੈ ਔਰ ਉਹਦੀ ਗਵਰਨੈਂਸ ਜਿਹੜੀ ਉਹ ਠੀਕ ਨਹੀਂ ਹੋ ਰਹੀ। ਅੱਛਾ, ਜਿਹੜੇ ਨੇ ਵਜ਼ੀਰ ਆਜ਼ਮ ਸਾਹਿਬ ਕਹਿੰਦੇ ਸਨ ਕਿ ਜੀ ਔਨ ਮਾਈ ਡੈਡ ਬਾਡੀ ਮੈਂ ਇਖਤਿਆਰ ਕਦੀ ਨਹੀਂ ਦਿਆਂਗਾ, ਉਦੋਂ ਇਹ ਗੱਲਾਂ ਹੋਈਆਂ ਕਿ ਅਗਰ ਹੁਣ ਮਾਰਸ਼ਲ ਲਾ ਲੱਗਾ ਤਾਂ ਉਹ ਚਾਈਨਾ ਦੀ ਵਜ੍ਹਾ ਨਾਲ ਲੱਗੇਗਾ, ਕਿਉਂਕਿ ਚੀਨ ਕਹਿੰਦਾ ਸੀ ਕਿ ਜੀ ਸਾਨੂੰ ਫੌਜ ਗਰੰਟੀ ਦੇਵੇ ਔਰ ਰਾਹੀਲ ਸ਼ਰੀਫ ਨੇ ਗਰੰਟੀ ਦਿੱਤੀ ਔਰ ਸਾਡੇ ਜਿਹੜੇ ਨਵੇਂ ਆਰਮੀ ਚੀਫ ਨੇ ਜਵੇਦ ਕਮਰ ਬਾਜਵਾ ਸਾਹਿਬ ਉਹਨਾਂ ਨੇ ਵੀ ਆਉਂਦਿਆਂ ਜਿਹੜਾ ਵੇ ਇਹ ਚੀਨ ਨੂੰ ਇਹ ਇੰਸ਼ੋਰੈਂਸ ਦਵਾਈ ਕਿ ਉਹ ਇਹਦੀ ਹਿਫਾਜ਼ਤ ਕਰਨਗੇ। ਜਿਹੜਾ ਵੇ ਭਾਰਤ ਨੂੰ ਸਭ ਤੋਂ ਜ਼ਿਆਦਾ ਤਕਲੀਫ ਹੈ, ਅਮੈਰੀਕਾ ਨੂੰ ਵੀ ਹੈ, ਉਹਨੇ ਭਾਰਤ ਨੂੰ ਅੱਗੇ ਰੱਖਿਆ ਹੋਇਆ। ਅੱਜ ਹੀ ਇੱਕ ਖਬਰ ਛਪੀ ਹੈ ਕਿ ਵੀ ਅਮੈਰੀਕਾ ਜਿਹੜਾ ਵੇ
ਉਹ ਸਾਲਸੀ ਕਰਵਾ ਰਿਹਾ ਭਾਰਤ ਔਰ ਪਾਕਿਸਤਾਨ ਦੇ ਦਰਮਿਆਨ, ਔਰ ਮੁਜ਼ਾਕਰਾਤ ਦੀ ਬਹਾਲੀ ਜਿਹੜੀ ਹੈ ਮਾਰਚ 'ਚ ਹੋ ਜਾਏਗੀ। ਅੱਛਾ, ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦਿਆਂ ਆ ਜਿਹੜੇ ਅਸੀਂ ਇਹ ਸਮਝਦੇ ਹਾਂ ਕਿ ਭਾਰਤ ਨੂੰ ਵੀ ਸੀ ਪੈ ਕੇ ਸ਼ਾਮਿਲ ਹੋ ਜਾਣਾ ਚਾਹੀਦਾ, ਇਹ ਪੂਰੇ ਖਿੱਤੇ ਨੂੰ ਇਹਦਾ ਫਾਇਦਾ ਪਹੁੰਚੇਗਾ ਔਰ ਇਹਨੂੰ ਕੋਈ ਰੋਕ ਨਹੀਂ ਸਕਦਾ। ਦੂਸਰੀ ਗੱਲ ਇਹ ਕਿ ਇਹਦਾ ਕ੍ਰੈਡਿਟ ਜਿਹੜੇ ਬੰਦੇ ਨੇ ਉਹ ਜਿਨ੍ਹਾਂ ਨੇ ਸ਼ੁਰੂ ਕੀਤਾ ਉਹਨਾਂ ਨੂੰ ਵੀ ਦੇਣਾ ਚਾਹੀਦਾ। ਤੁਹਾਨੂੰ ਚੇਤੇ ਹੋਏਗਾ ਕਿ ਜਿਸ ਵਕਤ ਪੀਪਲਸ ਪਾਰਟੀ ਦੀ ਹਕੂਮਤ 2008 'ਚ ਬਣੀ ਅਤੇ ਜ਼ਰਦਾਰੀ ਸਾਹਿਬ ਦਾ ਇਲਜ਼ਾਮ ਲਗਾਇਆ ਜਾਂਦਾ ਸੀ ਕਿ ਹਰ ਮਹੀਨੇ ਚੀਨ ਚਲੇ ਜਾਂਦੇ ਨੇ ਉੱਥੇ ਜਾ ਕੇ ਰਹਿ ਜਾਣ, ਉਹ ਸਾਰਾ ਸੀ ਪੈਕ ਦੇ ਵਾਸਤੇ ਜਾਂਦੇ ਸਨ ਅਤੇ ਸ਼ੁਰੂ ਉਹਨਾਂ ਨੇ ਕੀਤਾ ਸੀ। ਅੱਛਾ, ਇਹਦੇ 'ਚ ਹੁਣ ਇਸ ਹਕੂਮਤ ਦਾ ਜਿੰਨਾ ਕੁ ਕੰਟਰੀਬਿਊਸ਼ਨ ਹੈ ਉਹ ਸਭ ਦੇ ਸਾਹਮਣੇ ਠੀਕ ਹੈ, ਉਹ ਲੱਗੇ ਨੇ, ਮੁਆਹਦੇ ਇਹਨਾਂ ਨੇ ਸਾਈਨ ਕੀਤੇ ਨੇ, ਲੇਕਿਨ ਜਿੰਨਾਂ ਨੇ ਇਹਦੀ ਬੁਨਿਆਦ ਰੱਖੀ, ਗੁੜ ਜਿੰਨਾਂ ਨੇ ਰੱਖਿਆ, ਉਹਨਾਂ ਨੂੰ ਵੀ ਚੇਤੇ ਰੱਖਣਾ ਚਾਹੀਦਾ। ਜੀ ਬਿਲਕੁਲ ਸਹੀ ਹੈ। ਇਹਦੇ ਵਿੱਚ ਅਸੀਂ ਇਹ ਵੀ ਹੁਣ ਕਰਦੇ ਹਾਂ ਕਿ ਬਹੁਤ ਸੋਹਣਾ ਇੱਕ ਬਹੁਤ ਥੋੜ੍ਹੇ ਲਫ਼ਜ਼ਾਂ ਦੇ ਵਿੱਚ ਬੜਾ ਕਮਾਲ ਤੁਸੀਂ ਉਹਦਾ ਜਿਹੜਾ ਤਜ਼ੀਆ ਉਹ ਬਿਆਨ ਕੀਤਾ ਹੈ, ਸੁਣਨ ਵਾਲਿਆਂ ਨੂੰ ਵੇਖਣ ਵਾਲਿਆਂ ਨੂੰ ਸਾਰਾ ਪਤਾ ਲੱਗ ਗਿਆ ਕਿ ਅਸਲ ਗੱਲ ਹੈ ਕੀ ਹੈ। ਪੰਜਾਬੀ ਦੀ ਫਿਰ ਅਸੀਂ ਗੱਲ ਕਰਦੇ ਹਾਂ, ਇੱਥੇ ਹੁਣ ਜੋ ਲਿਖਿਆ ਜਾ ਰਿਹਾ ਨਸਰ ਲਿਖੀ ਜਾ ਰਹੀ ਹੈ ਜਾਂ ਪੰਜਾਬੀ ਸਾਫ਼ ਤੇ ਕਹਿ ਲਓ ਨਾ ਹੋਣ ਦੇ ਬਰਾਬਰ ਹੈ, ਜੀ 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 ਜੀ, ਓਕੇ, ਉਹ ਇਹਨੇ ਸ਼ਾਇਰੀ ਜਿਹੜੀ ਹੋ ਰਹੀ ਹੈ, ਸ਼ਾਇਰੀ ਜਿਹੜੀ ਹੋ ਰਹੀ, ਬਲਕਿ ਮੈਂ ਕਹਾਂਗਾ ਉਰਦੂ ਜਾਂ ਅੰਗਰੇਜ਼ੀ ਅਖਬਾਰਾਂ 'ਚ ਜਿੰਨੇ ਵੀ ਸਾਫ਼ੀ ਲਿਖ ਰਹੇ ਨੇ ਵੱਡੇ ਵੱਡੇ ਸਾਰੇ ਪੰਜਾਬੀ ਨੇ, ਜੀ ਜੀ, ਅਗਰ ਉਹ ਇਹ ਸੋਚ ਲੈਣ ਕਿ ਹਫ਼ਤੇ 'ਚ ਅਸੀਂ ਇੱਕ ਕਾਲਮ ਪੰਜਾਬੀ 'ਚ ਲਿਖ ਦਈਏ ਤੇ ਸ਼ਾਇਦ ਉਹਦੇ ਵਿੱਚ ਵੀ ਕੋਈ ਤਬਦੀਲੀ ਦਾ ਅਮਲ ਪੈਦਾ ਹੋ ਸਕਦਾ, ਤੇ ਤੁਸੀਂ ਕਿਆ ਮੁਤਮਿਨ ਹੋ ਸ਼ਾਇਰੀ ਨਸਰ ਕਹਾਣੀ? ਮੈਂ ਬਿਲਕੁਲ ਮੁਤਮਿਨ ਨਹੀਂ ਹੈਗਾ। ਅੱਛਾ, ਬਲਕਿ ਮੇਰਾ ਤੇ ਖੂਨ ਦੇ ਥਰੂ ਰੋਣ ਨੂੰ ਦਿਲ ਕਰਦਾ। ਉਹਦੀ ਇੱਕ ਵਜ੍ਹਾ ਹੈ ਕਿ ਤੁਸੀਂ ਦੇਖੋ ਮੁਸ਼ਾਇਰਿਆਂ ਦੇ ਵਿੱਚ ਜਿਹੜੇ ਰਸਾਲੇ ਛਪਦੇ ਨੇ ਉਹਨਾਂ 'ਚ ਬੇਵਜ਼ਨ ਬੇ ਔਰ 1940-45 ਦੇ ਮੌਜੂਆਤ ਜਿਹੜੇ ਨੇ ਉਹਨਾਂ 'ਤੇ ਸ਼ਾਇਰੀ ਕੀਤੀ ਜਾ ਰਹੀ ਹੈ। ਸ਼ਾਇਰੀ ਨੂੰ ਜਦੀਦ ਜਾਂ ਪੋਸਟ ਮਾਡਰਨਿਜ਼ਮ ਜਿਹੜਾ ਵੇ ਉਹ ਉਹਦੇ ਮੌਜੂਆਤ ਬਣਾਉਂਦੇ ਨੇ। ਸਾਡੀ ਪੰਜਾਬੀ ਜ਼ਬਾਨ ਦਾ ਮੁਕਾਬਲਾ ਜਿਹੜਾ ਉਰਦੂ ਦੇ ਨਾਲ ਹੈ ਔਰ ਦੂਜੀ ਇਲਾਕਾਈ ਜ਼ਬਾਨਾਂ ਦੇ ਨਾਲ ਹੈ। ਸਾਨੂੰ ਨਸਰ ਦੀ ਤਾਂ ਬਹੁਤ ਜ਼ਿਆਦਾ ਲੋੜ ਹੈ, ਨਸਰ ਵਾਲੇ ਪਾਸੇ ਲੋਕ ਆਉਂਦੇ ਨੇ, ਤਨਕੀਦ ਨਹੀਂ ਲਿਖਦੇ, ਕਹਾਣੀਆਂ ਨਹੀਂ ਲਿਖਦੇ, ਕਹਾਣੀਆਂ ਲਿਖਦੇ ਨੇ ਅਤੇ ਉਹ ਜਿਹੜੀਆਂ ਅਕਬਰ ਕਹਾਣੀਆਂ ਸਨ ਅਕਬਰ ਲਾਹੌਰੀ ਸਾਹਿਬ ਦੀਆਂ, ਨਵਾਜ਼ ਨੇ ਜਿਹੜੇ ਮੌਜੂਆਤ ਇਸਤੇਮਾਲ ਕੀਤੇ, ਠੀਕ ਹੈ ਜੀ, ਉਹ ਉਹ ਉਸ ਪਾਸੇ ਚਲੇ ਜਾਣਗੇ। ਮਤਲਬ ਪੰਜਾਬੀ ਕਹਾਣੀ ਲਿਖਣੀ ਹੈ ਅਤੇ ਪਿੰਡ ਜਾ ਵੜਨਾ, ਮੰਜ਼ਰਨਾਮਾ ਪਿੰਡ ਦਾ ਬਣਾ ਲੈਣਾ। ਉਹ ਬਈ ਤੁਸੀਂ ਜਿਹੜੇ ਅੱਜ ਦੇ ਗਲੋਬਲ ਵਿਲੇਜ 'ਚ ਰਹਿ ਕੇ ਤੁਸੀਂ ਕਿਉਂ ਨਹੀਂ ਕਹਾਣੀ ਪੰਜਾਬੀ ਲਿਖ ਸਕਦੇ, ਠੀਕ ਹੈ ਜੀ। ਫਿਰ ਜ਼ਿੰਦਗੀ ਜਿਹੜੀ ਮੁਤਾਸਰ ਹੋ ਰਹੀ ਹੈ ਇਹ ਡਿਵਾਈਸਿਸ ਤੋਂ, ਮਸ਼ੀਨਾਂ ਤੋਂ, ਉਹਨਾਂ ਦੇ ਜਿਹੜੇ ਅਸਰਾਤ ਨੇ, ਇਹ ਤੁਹਾਡਾ ਮੋਬਾਈਲ ਜਿਹੜਾ ਵੇ ਇੰਟਰਨੈਟ ਘਰ ਘਰ ਵੜ ਗਿਆ, ਪਿੰਡਾਂ 'ਚ ਵੀ ਚਲਾ ਗਿਆ, ਉਹ ਕੁੜੀ 8 ਪਾਸ ਹੈ ਉਹ ਇੰਟਰਨੈਟ ਯੂਜ਼ ਕਰ ਰਹੀ ਹੈ, ਉਹਦੇ ਉੱਤੇ ਮੁਆਸ਼ਕੇ ਲੜਾ ਰਹੀ ਹੈ, ਫਲਰਟ ਕਰ ਰਹੀ ਹੈ, ਇਹ ਵੀ ਤਾਂ ਅੱਜ ਦੇ ਮੌਜੂਆਤ ਨੇ ਨਾ, ਬਿਲਕੁਲ ਹੈ, ਠੀਕ ਹੈ ਜੀ। ਕਿੰਨੀਆਂ ਕੁ ਕਹਾਣੀਆਂ ਤੁਸੀਂ ਇਹਨਾਂ 'ਤੇ ਪੜ੍ਹੀਆਂ ਨੇ, ਬਿਲਕੁਲ ਸਹੀ ਹੈ, ਉਹਦੇ ਵਿੱਚ ਤੁਹਾਡੀ ਪ੍ਰਾਈਵੇਸੀ ਬਿਲਕੁਲ ਨਹੀਂ ਰਹੀ। ਅੱਛਾ, ਫਿਰ ਇਹ ਜਿਹੜੀ ਹੈ ਕੇਬਲ ਜਿਹੜੀ ਹੈ ਉਹ ਤੁਹਾਡੇ ਬੈਡਰੂਮ ਵਿੱਚ ਚਲੀ ਗਈ ਹੈ, ਤੁਸੀਂ ਉਹ ਜਿਹੜੀਆਂ ਗੱਲਾਂ ਧੀਆਂ ਭੈਣਾਂ ਦੇ ਨਾਲ ਕਰਦੇ ਸ਼ਰਮਾਉਂਦੇ ਸੋ, ਹੁਣ ਅਸੀਂ ਸਮਝਨੇ ਕਿ ਉਹਦੇ ਵਿੱਚ ਬਹੁਤ ਸਾਰਾ ਵਿਗਾੜ ਪੈ ਰਿਹਾ, ਉਹਦੇ 'ਚ ਇਹਨਾਂ ਸਾਰੀਆਂ ਚੀਜ਼ਾਂ ਦਾ ਬਹੁਤ ਅਮਲ ਦਖਲ ਹੈ। ਫਿਰ ਜਿਹੜੀ ਇਕਤਸਾਦੀ ਵੰਡ ਹੈ, ਤਬਕਾਤੀ ਵੰਡ ਹੈ, ਸਮਾਜੀ ਵੰਡ ਹੈ, ਉਹ ਉਹਨੇ ਜਿਹੜੀਆਂ ਨਵੀਆਂ ਸ਼ਕਲਾਂ ਇਖਤਿਆਰ ਕੀਤੀਆਂ ਨੇ ਉਹਨਾਂ ਦੇ ਬਾਰੇ 'ਚ ਅਸੀਂ ਗੱਲ ਨਹੀਂ ਕਰਦੇ। ਸ਼ਾਇਰੀ ਜਿਹੜੀ ਹੈ ਉਹਦੇ ਮੌਜੂਆਤ ਵੀ ਉਹੀ ਨੇ, ਨਜ਼ਮ ਵਾਲੇ ਪਾਸੇ ਬੜੇ ਘੱਟ ਜਾਂਦੇ ਨੇ। ਸਾਨੂੰ ਕੀ ਕਰਨਾ ਪਏਗਾ, ਯਾਨੀ ਉਹਦਾ ਹੱਲ ਕੀ ਹੈ ਹੁਣ? ਇਹ ਤਾਂ ਸਭ ਕੁਛ ਜਿਵੇਂ ਜ਼ਮਾਨਾ ਤੇਜ਼ ਹੈ, ਇੰਟਰਨੈਟ ਆ ਗਿਆ, ਕਮਿਊਨੀਕੇਸ਼ਨ ਆ ਗਈ ਹੈ, ਇਹਦੇ ਵਿੱਚ ਹੁਣ ਇਹਦੇ ਨਾਲ ਤਾਂ ਅਸੀਂ ਤੁਰਨਾ ਹੈ ਨਾ, ਲੇਕਿਨ ਕਿਸ ਤਰ੍ਹਾਂ ਬਿਹਤਰ? ਇਹਦੇ ਵਿੱਚ ਇੱਕ ਤਾਂ ਹੈ ਕਿ ਜਿੰਨੇ ਰਸਾਲੇ ਛਪਦੇ ਨੇ ਉਹਨਾਂ ਨੂੰ ਇਕੱਠਿਆਂ ਹੋ ਕੇ ਅਤੇ ਇਹ ਫੈਸਲਾ ਕਰਨਾ ਚਾਹੀਦਾ ਕਿ ਅਸੀਂ ਨਸਰ ਨੂੰ ਜ਼ਿਆਦਾ ਟਾਈਮ ਦੇਵਾਂਗੇ, ਜਗ੍ਹਾ ਦੇਵਾਂਗੇ, ਸ਼ਾਇਰੀ ਨੂੰ ਕੱਟ ਦੇਵਾਂਗੇ। ਦੂਸਰਾ ਮਾਯਾਰ ਇਹ ਰੱਖਣ, ਇਹ ਨਾ ਸੋਚਣ ਕਿ ਵੀ ਮੇਰੀ ਹਰੂਨ ਅਦੀਮ ਦੀ ਚੀਜ਼ ਛਾਪਾਂਗੇ ਅਤੇ ਹਰੂਨ ਅਦੀਮ ਕੋਈ 10 ਕਾਪੀਆਂ ਖਰੀਦੇਗਾ, ਉਹ ਕਹਿਣ ਮਾਯਾਰ ਬਣਾ ਲੈਣ ਕਿ ਜਨਾਬ ਇਸ ਮਾਯਾਰ ਤੋਂ ਥੱਲੇ ਦੀ ਕੋਈ ਚੀਜ਼ ਜਿਹੜੀ ਉਹ ਨਹੀਂ ਛਾਪੀ ਜਾਏਗੀ। ਬਿਲਕੁਲ ਠੀਕ ਹੋਊਗਾ, ਠੀਕ ਹੈ ਜੀ। ਜਿਸ ਵਕਤ ਤੁਸੀਂ ਇਹ ਕਰ ਲਵੋਗੇ ਲੋਕਾਂ ਨੂੰ ਨਾ ਕਰੋਗੇ ਤਾਂ ਫਿਰ ਲੋਕ ਜਿਹੜਾ ਆਪਣੇ ਆਪ ਜਿਹੜਾ ਕੁਆਲਿਟੀ, ਔਰ ਉਹਨਾਂ ਨੂੰ ਦੱਸੋ ਵੀ ਕਿ ਜਨਾਬ ਪਹਿਲੇ ਜਿਸ ਤਰ੍ਹਾਂ ਐਡੀਟਰ ਕਰਦੇ ਹੁੰਦੇ ਸਨ ਕਿ ਆਪਕਾ ਇਹ ਕਲਾਮ ਗੈਰ ਮਿਆਰੀ ਹੈ, ਇਸਮੇ ਇਹ ਇਸਲਾਹ ਕੀ ਜ਼ਰੂਰਤ ਹੈ, ਇਸੇ ਇਸਲਾਹ ਕਰਕੇ ਵਾਪਸ ਭੇਜੇ, ਦੁਬਾਰਾ ਭੇਜੇ, ਉਹ ਉਹਨੂੰ ਪਤਾ ਲੱਗੇ ਕਿ ਵੀ ਇਹ ਮੈਨੂੰ ਕਿਉਂ ਨਹੀਂ ਛਾਪਿਆ। ਬਿਲਕੁਲ ਠੀਕ ਹੈ, ਅਗਲੇ ਨੂੰ ਪਤਾ ਲੱਗੇ। ਫਿਰ ਔਰ ਸੰਗਤਾਂ ਜਿੰਨੀਆਂ ਨੇ ਔਰ ਅਦਬੀ ਤਨਜ਼ੀਮਾਂ ਨੇ, ਉਹ ਹੈ ਜਿਹੜੀ ਬੇਤੁੱਕੀ ਸ਼ਾਇਰੀ ਹੈ ਔਰ ਜਿਹੜੀ ਸ਼ਾਇਰੀ ਦੇ ਜੁਮਲੇ 'ਚ ਨਹੀਂ ਆਉਂਦੀ ਅਤੇ ਤੁਸੀਂ ਉੱਥੇ ਪੜ੍ਹਾ ਦਿੰਦੇ ਹੋ, ਉਹ ਉਹਦੇ ਉੱਤੇ ਵੀ ਕਦਗਨ ਲਗਾਈ ਜਾਏ। ਬਿਲਕੁਲ ਠੀਕ ਹੈ।
ਮੇਰੇ ਖਿਆਲ ਹੈ ਕਿ ਅੱਜ ਦੇ ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ ਹੈ, ਕਿਉਂਕਿ ਗੱਲ ਬਹੁਤ ਜ਼ਿਆਦਾ ਹੋ ਸਕਦੀ ਹੈ, ਲੇਕਿਨ ਇਸ ਆਸ ਨਾਲ ਕਿ ਅਸੀਂ ਹਾਰੂਨ ਨਦੀਮ ਸਾਹਿਬ ਨਾਲ ਦੁਬਾਰਾ ਇੱਕ ਨਿਸ਼ਚਿਤ ਕਰਾਂਗੇ ਸਿਆਪ ਵਿੱਚ, ਔਰ ਇਸ ਤੋਂ ਅੱਗੇ ਦੀਆਂ ਜਿਹੜੀਆਂ ਗੱਲਾਂ, ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਹੜੀਆਂ ਸੁਣ ਕੇ ਤੁਸੀਂ ਹੈਰਾਨ ਵੀ ਹੋਵੋਗੇ, ਅਤੇ ਇੰਤਜ਼ਾਰ ਕਰਨਾ ਹੈ ਅਗਲੇ ਪ੍ਰੋਗਰਾਮ ਦਾ, ਉਦੋਂ ਦਿੱਕਤ ਸਰ ਜੀ, ਬਹੁਤ ਮੁਹੱਬਤ, ਬਹੁਤ ਮਿਹਰਬਾਨੀ, ਬੜੀ ਮਿਹਰਬਾਨੀ ਅੱਜ ਸਿਆਪ ਪ੍ਰੋਗਰਾਮ ਨੂੰ ਟਾਈਮ ਦਿੱਤਾ, ਆਪਣੇ ਸਪੈਸ਼ਲ ਪ੍ਰੋਗਰਾਮ ਜਿਹੜਾ ਤੁਹਾਡਾ ਕਰੰਟ ਅਫੇਅਰ, ਬੜਾ ਅਜੀਬ ਲੱਗਦਾ ਕਿ ਆਪਣੇ ਹੀ ਚੈਨਲ ਦੇ ਉੱਤੇ, ਇਹ ਬਹੁਤ ਇੱਕ ਅੱਛਾ, ਕਿਉਂਕਿ ਦੋਸਤਾਂ ਨੂੰ ਅਸਲ ਜਾਣਨ ਦਾ ਮੌਕਾ ਮਿਲਦਾ, ਤੇ ਪਿਆਰਿਓ ਵੇਖਦੇ ਰਹੋ ਐਸ ਟੀ ਐਨ ਸਾਡਾ ਟੀਵੀ ਨੈਟਵਰਕ, ਪ੍ਰੋਗਰਾਮ ਸਿਆਪ ਦੇ ਨਾਲ ਫਿਰ ਹਾਜ਼ਰ ਹੋਵਾਂਗੇ, ਉਦੋਂ ਦਿੱਕਤ ਰੱਖ ਇੱਕ ਬਣਾਵਣ ਸ਼ੀਸ਼ਾ ਮਾਰ ਵੱਟਾ, ਇੱਕ ਬੰਦੇ ਦੁਨੀਆਂ ਉੱਤੇ ਥੋੜੇ ਰਹਿੰਦੇ ਕਦਰ ਸ਼ਨਾਥ ਸੁਖਨ ਦੇ ਪ੍ਰੋਗਰਾਮ ਸਿਆਪ ਦੇ ਨਾਲ ਤੁਹਾਡਾ ਮੇਜ਼ਬਾਨੀ ਹੈ ਸੁਖ ਪੰਜਾਬੀ, ਔਰ ਜਿਵੇਂ ਤੁਹਾਨੂੰ ਪਤਾ ਹੈ ਕਿ ਸਿਆਪ ਵਿੱਚ ਅਸੀਂ ਇੱਕ ਕਲਮਾ ਭਾਗਾਂ ਵਾਲੀ ਧਰਤੀ, ਜਿਹੜੀ ਆਲਮਾਂ ਦੀ, ਦਾਨਿਸ਼ਵਰਾਂ ਦੀ, ਔਰ ਇਲਮ ਵੰਡਣ ਵਾਲਿਆਂ ਦੀ, ਸੂਫੀਆਂ ਦੀ ਧਰਤੀ ਹੈ, ਇਸ ਧਰਤੀ ਨੂੰ ਸ਼ਰਫ ਹਾਸਲ ਹੈ, ਔਰ ਇਸ ਧਰਤੀ ਅਤੇ ਉਹਨਾਂ ਲੋਕਾਂ ਦਾ ਵਾਸਾ ਹੈ ਜਿਹੜੇ ਪੂਰੀ ਦੁਨੀਆਂ 'ਚ ਨੂਰ ਮਨਾਰਾ ਨੇ। ਬਹੁਤ ਸਾਰੇ ਸ਼ਖਸੀਅਤ ਇਸ ਦੌਰ ਦੇ ਵਿੱਚ ਵੀ ਆਪਣੇ ਬਹੁਤ ਸਾਰੇ ਜਿਹੜੇ ਹੁਨਰ ਨੇ, ਉਹਨਾਂ ਦੇ ਫਨ ਨੇ, ਉਹਦੇ ਨਾਲ ਮੌਜੂਦ, ਔਰ ਉਹ ਪੰਜਾਬੀਆਂ ਵਾਸਤੇ ਬੜਾ ਮਾਣ ਦਾ ਵਾਇਸ ਨੇ। ਉਹਨਾਂ ਵਿੱਚੋਂ ਇੱਕ ਐਸੀ ਹਸਤੀ ਸਾਡੇ ਨਾਲ ਮੌਜੂਦ ਹੈ ਜਿਹੜੇ ਕਾਲਮ ਨਿਗਾਰ ਵੀ ਨੇ, ਤਜ਼ੀਆਕਾਰ ਵੀ ਨੇ, ਔਰ ਸਾਫੀ ਨੇ, ਬੁਲੰਦ ਪਾਇਆ ਸਾਫੀ ਨੇ, ਸ਼ੈਫ ਵੀ ਨੇ, ਮੈਨੇਜਮੈਂਟ ਵਿੱਚ ਵੀ ਰਹੇ ਨੇ, ਹੁਣ ਮੈਨੂੰ ਸ਼ਾਇਰ ਵੀ ਨੇ, ਅਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਿਸ ਹਵਾਲੇ ਨਾਲ, ਕਿਹੜਾ ਪੱਖ ਉਹਨਾਂ ਦੀ ਜ਼ਾਤ ਦਾ ਬਹੁਤ ਵੱਡਾ ਹੈ ਜਿਹਦੇ ਇਸ ਹਵਾਲੇ ਨਾਲ ਮੈਂ ਉਹਨਾਂ ਦਾ ਤਾਰਿਫ ਕਰਾਵਾਂ, ਕਿਉਂਕਿ ਜਿਸ ਖੇਤਰ 'ਚ ਗਏ, ਜਿਸ ਫੀਲਡ ਵਿੱਚ ਗਏ, ਉਹਨਾਂ ਨੇ ਆਪਣਾ ਆਪ ਮੰਗਵਾਇਆ ਹੈ। ਮੇਰੀ ਮੁਰਾਦ ਜਨਾਬ ਹਾਰੂਨ ਨਦੀਮ ਸਾਹਿਬ ਕੋਲ, ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ ਜੀ। ਜਨਾਬ ਕੀ ਹਾਲ ਹੈ, ਠੀਕ ਠਾਕ ਹੋ? ਅੱਲਾ ਦਾ ਆਸਾਨ। ਅੱਛਾ ਸਰ, ਤੁਸੀਂ ਇੱਕ ਛੋਟੇ ਹੁੰਦਿਆਂ ਬੰਦੇ ਨੂੰ ਚਾਹ ਹੁੰਦਾ ਨਾ, ਜਦੋਂ ਸਕੂਲ ਭੇਜਦੇ ਨੇ ਜੀ ਵਾਲੇ, ਤੇ ਖਾਸ ਤਰ੍ਹਾਂ ਦਾ ਜ਼ਿਹਨ ਬਣਿਆ ਹੁੰਦਾ ਹੈ ਕਿ ਬਈ ਬੱਚੇ ਨੂੰ ਕੁਛ ਘਰ ਵਾਲੇ ਫੀਡ ਕਰਦੇ ਨੇ, ਕੁਛ ਬੱਚੇ ਦਾ ਆਪਣਾ ਜ਼ਿਹਨ ਹੁੰਦਾ ਹੈ ਕਿ ਜੀ ਮੈਂ ਇਹ ਬਣਨਾ ਹੈ, ਤੇ ਤੁਸੀਂ ਕੀ ਸੋਚਿਆ ਸੀ ਜਦੋਂ ਸਕੂਲ ਜਾਣਾ ਸ਼ੁਰੂ ਕੀਤਾ? ਔਰ ਇਰਤਕਾਈ ਦੌਰ ਹੁੰਦਾ ਹੈ, ਸੋਚ ਦਾ ਦੌਰ ਹੁੰਦਾ ਹੈ, ਖਾਸ ਕਰਕੇ ਜਦੋਂ ਅਸੀਂ ਫਿਲਮਾਂ ਵੇਖਦੇ ਹਾਂ, ਜ਼ਿਆਦਾ ਬੱਚਿਆਂ ਦਾ ਸ਼ੌਕ ਹੁੰਦਾ ਮੈਂ ਤੇ ਅਦਾਕਾਰ ਬਣਾਂਗਾ, ਜਾਂ ਉਹਨਾਂ ਦੇ ਜਿਹੜੇ ਆਈਡੀਅਲਸ ਹੁੰਦੇ ਨੇ, ਕੁਛ ਐਸੇ ਹੀਰੋ ਹੁੰਦੇ ਨੇ ਜਿਹਨਾਂ ਨੂੰ ਉਹ ਕਾਪੀ ਵੀ ਕਰਦੇ ਔਰ ਬਣਨਾ ਵੀ ਚਾਹੁੰਦੇ, ਪੰਜਾਬੀ ਸਾਹਿਬ ਮੇਰਾ ਬੜਾ ਅਜੀਬ ਜਿਹਾ ਮਾਮਲਾ ਸੀ। ਬਸ 9ਵੀਂ ਤੱਕ ਜਿਹੜਾ ਨਾ, ਮੈਨੂੰ ਇਹ ਹੁੰਦਾ ਸੀ ਕਿ ਮੈਂ ਦੂਜਿਆਂ ਨਾਲੋਂ ਵੱਖਰਾ ਅਤੇ ਮੈਨੂੰ ਦੂਜਿਆਂ ਨਾਲੋਂ ਵੱਖਰਾ ਨਜ਼ਰ ਆਉਣਾ ਚਾਹੀਦਾ। ਅੱਛਾ, ਉਹ ਔਰ ਉਹਦੇ 'ਚ ਇਹ ਸੀ ਕਿ ਵੀ ਮੈਂ ਕਲਾਸ ਦੇ ਵਿੱਚ ਮੁਮਤਾਜ਼ ਰਹਾਂ, ਮੈਂ ਕ੍ਰਿਕਟ ਵੀ ਖੇਡਦਾ ਸਾਂ, ਸਕੂਲ ਦੀ ਟੀਮ ਵੱਲੋਂ ਖੇਡਦਾ ਸਾਂ, ਅੱਛਾ ਮੈਂ ਸਕਾਊਟ ਵੀ ਸਾਂ, ਤਕਰੀਰੀ ਮੁਕਾਬਲਿਆਂ 'ਚ ਵੀ ਹਿੱਸਾ ਲੈਂਦਾ ਸਾਂ, ਦਾਲ ਲੱਗਣਾ ਤੇ ਹਾਕੀ 'ਚ ਚਲਾ ਜਾਣਾ, ਉੱਥੇ ਵੀ ਜਾ ਕੇ ਖੇਡ ਲੈਣਾ, ਰਾਈਫਲ ਡਰਿਲ ਜਿਹੜੀ ਸੀ ਉਹਦੇ ਵਿੱਚ ਵੀ ਨਾਂ ਲਿਖਾਇਆ ਹੁੰਦਾ ਸੀ, ਤੇ ਸਾਰਾ ਕੁਛ ਕਰਦਾ ਕਿ ਵੀ ਉਹ ਕੀ ਕਹਿੰਦੇ ਨੇ, ਜੈਕ ਆਫ ਆਲ ਟ੍ਰੇਡਸ ਬਟ ਮਾਸਟਰ ਆਫ ਨਨ। ਉਹ ਵਾਲਦ ਸਾਹਿਬ ਮੇਰੇ ਮੈਨੂੰ ਇਹ ਹੀ ਕਹਿੰਦੇ ਹੁੰਦੇ ਸਨ ਕਿ ਵੀ ਤੂੰ ਕੋਈ ਢੰਗ ਦਾ ਕੰਮ ਕਰ ਕੇ ਇੱਕ ਪਾਸੇ ਲੱਗ, ਤੇ ਉਹ ਹੀ ਸੀ। ਲੇਕਿਨ 9ਵੀਂ 10ਵੀਂ 'ਚ ਮੈਨੂੰ ਪਤਾ ਲੱਗ ਗਿਆ ਸੀ ਕਿ ਮੇਰੇ ਅੰਦਰ ਜਿਹੜਾ ਵੇ ਉਹ ਲਿਖਣ ਵਾਲੇ ਜਿਹੜੀ ਚੀਜ਼ ਹੈ ਉਹ ਕੋਈ ਬਿਆਨੀਆਂ ਜਿਹੜਾ ਹੈ ਉਹ ਕੋਈ ਜ਼ਿਆਦਾ ਹੈ, ਔਰ ਉਹ ਮੈਨੂੰ ਉਹਦੇ ਵੱਲ ਤਵੱਜੋ ਦੇਣੀ ਚਾਹੀਦੀ ਹੈ। ਲਿਹਾਜ਼ਾ ਮੈਂ ਤਕਰੀਰੀ ਮੁਕਾਬਲਿਆਂ ਮਜ਼ਮੂਨ ਜਿਹੜੇ ਹੁੰਦੇ ਸਨ 9ਵੀਂ 10ਵੀਂ 'ਚ ਲਿਖਣ ਵਾਸਤੇ ਦਿੱਤੇ ਜਾਂਦੇ ਸਨ, ਉਹ ਮੈਂ ਜਾਂ ਖਾਤਰ ਲਿਖੋ ਫਲਾਣੇ ਨੂੰ, ਮੈਂ ਮਾਸਟਰ ਦਾ ਲਿਖਾਇਆ ਹੋਇਆ ਕਦੀ ਨਹੀਂ ਸੀ ਲਿਖਿਆ। ਅੱਛਾ, ਜ਼ਬਰਦਸਤ। ਹਾਂਜੀ, ਉਹ ਮੈਂ ਆਪ ਆਪਣੇ ਲਿਖਦੇ ਸਾਂ, ਔਰ ਕਈ ਵਾਰੀ ਇਹ ਹੋਇਆ ਕਿ ਵੀ ਸਾਡੇ ਜਿਹੜੇ ਟੀਚਰ ਸਨ ਉਰਦੂ ਦੇ, ਉਹਨਾਂ ਨੇ ਕਿਹਾ ਕਿ ਜੀ ਵੀ ਇਹ ਹੁਣ ਦੂਜਿਆਂ ਨੂੰ ਵੀ ਲਿਖਾ ਦੇ। ਅੱਛਾ, ਬਹੁਤ ਅੱਛਾ, ਯਾਨੀ ਕਿ ਨਸਰ ਨਿਗਾਰ। ਮੈਂ ਨਾਜ਼ਰੀਨ ਇੱਕ ਕਹਾਣੀ ਦਾ ਵੀ ਇੱਕ ਪੱਖ ਹੈ, ਕਿਉਂਕਿ ਦੋ ਕਿਤਾਬਾਂ ਜਨਾਬ ਹੋਰਾਂ ਦੀਆਂ ਬਹੁਤ ਉੱਚੇ ਪੱਧਰ 'ਤੇ ਕਹਾਣੀਆਂ ਦੀਆਂ ਵੀ ਮੌਜੂਦ ਨੇ। ਅਤੇ ਅੱਛਾ ਸਰ, ਇਹ ਤਾਂ ਬਹੁਤ ਅੱਛਾ ਹੋ ਗਿਆ ਨਾ ਕਿ ਤੁਸੀਂ ਇੱਕ ਵੱਖਰਾ ਰਹਿਣ ਦਾ ਇੱਕ ਚਾਅ ਜਿਹੜਾ ਹੁੰਦਾ, ਇਹ ਕੁਛ ਬਹੁਤ ਥੋੜ੍ਹੇ ਲੋਕ ਹੁੰਦੇ ਨੇ ਜਿਹਨੂੰ ਅਸੀਂ ਕਹਿੰਦੇ ਹਾਂ ਕਿ 80-20 ਦੀ ਅਸੀਂ ਵੰਡ ਕੱਢਦੇ ਹਾਂ ਕਿ 80% ਉਹ ਲੋਕ। ਸੁਣ ਕੇ ਹਾਸਾ ਆਏਗਾ ਕਿ ਵੀ ਮੈਨੂੰ ਇਸ ਤਰ੍ਹਾਂ ਫੀਲ ਹੁੰਦਾ ਸੀ ਕਿ ਫਿਲਮ ਦੇ ਕੈਮਰੇ ਲੱਗੇ ਨੇ ਔਰ ਮੈਨੂੰ ਸ਼ੂਟ ਕਰ ਰਹੇ ਨੇ। ਵਾਹ 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 ਵਾਹ। ਲਿਹਾਜ਼ਾ ਮੇਰੀ ਹਰ ਜਿਹੜੀ ਅਦਾ ਹੈ, ਕੱਪੜੇ ਪਾਣੇ ਜਾਂ ਗੱਲਬਾਤ ਜਿਹੜੀ ਹੈ, ਉਹ ਇਸੇ ਤਰ੍ਹਾਂ ਜਿਵੇਂ ਕਿਸੇ ਸੈੱਟ ਦੇ ਉੱਤੇ ਤੇ ਫਿਲਮਾਂ ਜੇ ਮੈਂ ਨਹੀਂ ਸਾਂ ਵੇਖਦੇ ਨਹੀਂ ਆ। ਅੱਛਾ, ਯਾਨੀ ਪਰਸਨੈਲਿਟੀ ਕੁਝ ਅੰਦਰ ਐਸਾ ਹੈ ਸੀ ਵੱਖਰਾ ਲੱਗਣਾ ਜਿਹੜਾ। ਹਾਂਜੀ, ਇਹ ਸਭ ਤੋਂ ਵੱਡਾ ਜਿਹੜਾ ਮੇਨ ਉਹਦਾ ਮੈਂ ਸਮਝਣਾ ਹੈ ਕਿ ਇਹ ਵੀ ਕਿ ਵੱਖਰਾ ਲੱਗਣ ਦੇ ਨਾਲ ਨਾਲ ਜ਼ਿਹਨ 'ਚ ਇਹ ਵੀ ਆਉਂਦਾ ਹੈ ਕਿ ਮੇਰੇ ਕੱਪੜੇ ਵੀ ਦੂਸਰਿਆਂ ਨਾਲ ਸਾਫ਼ ਸੁਥਰੇ ਹੋਣ, ਮੇਰਾ ਸਟਾਈਲ ਜ਼ਰਾ ਵੱਖਰਾ ਹੋਵੇ। ਔਰ ਅੱਛਾ,
ਇਹ ਤੇ ਹੋ ਗਿਆ ਜੀ ਪ੍ਰਾਇਮਰੀ ਐਜੂਕੇਸ਼ਨ ਤੱਕ ਜੀ ਜੀ ਦਸਵੀਂ ਉਸ ਤੋਂ ਬਾਅਦ ਤੁਸੀਂ ਕਾਲਜ ਗਏ ਕਾਲਜ ਦੀ ਜ਼ਿੰਦਗੀ ਕੁਛ ਹੋਰ ਹੁੰਦੀ ਹੈ ਫਿਰ ਯੂਨੀਵਰਸਿਟੀ ਦੀ ਜ਼ਿੰਦਗੀ ਹੋਰ ਹੁੰਦੀ ਜੀ ਜੀ ਤੁਹਾਡੇ ਤੇ ਜ਼ਿੰਦਗੀ ਦੇ ਇੱਕ ਤਿੰਨ ਅਸੀਂ ਖਾਨੇ ਬਣਾ ਸਕਦੇ ਹਾਂ ਜਾਂ ਤਿੰਨ ਅਸੀਂ ਦੁਆਰ ਕਹਿ ਸਕਦੇ ਹਾਂ ਜਿਨ੍ਹਾਂ 'ਚ ਤੁਸੀਂ ਬਾਹਰ ਵੀ ਗਏ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਦੇਸ਼ੋਂ ਬਾਹਰ ਜਾ ਕੇ ਵੀ ਤੁਸੀਂ ਜੀ ਜੀ ਕੀਤਾ ਲੇਕਿਨ ਤੁਸੀਂ ਸਭ ਤੋਂ ਬਿਹਤਰੀਨ ਤੁਹਾਡਾ ਜਿਹੜਾ ਟਾਈਮ ਹੈ ਸਭ ਤੋਂ ਬਿਹਤਰੀਨ ਵੇਲਾ ਜਿਹੜਾ ਹੈ ਉਹ ਪ੍ਰਾਇਮਰੀ ਹੈ ਕਾਲਜ ਹੈ ਯੂਨੀਵਰਸਿਟੀ ਜਾਂ ਬਾਹਰ ਜਾ ਕੇ ਜਿਹੜਾ ਤੁਸੀਂ ਗੁਜ਼ਾਰਿਆ ਮੈਂ ਸਮਝਦਾ ਜੀ ਕਿ ਜਿਹੜਾ ਮੈਂ ਬਾਹਰ ਜਿਸ ਵਕਤ ਮੇਰਾ ਵਿਆਹ ਨਹੀਂ ਸੀ ਹੋਇਆ ਔਰ ਮੈਂ ਬੈਚੁਲਰ ਸਾਂ ਉਹ ਮੇਰੀ ਜ਼ਿੰਦਗੀ ਦਾ ਸਰਮਾਇਆ ਅੱਛਾ ਕਿਉਂਕਿ ਉਹਦੇ 'ਚ ਮੈਂ ਜ਼ਿੰਦਗੀ ਨੂੰ ਠੋਕ ਵਜਾ ਕੇ ਵੇਖਿਆ ਮੈਂ ਭੁੱਖ ਕੱਟੀ ਮੈਂ ਛਾਣ ਬੁਰੇ 'ਚੋਂ ਰੋਟੀ ਦੇ ਟੁਕੜੇ ਕੱਢ ਕੇ ਫਾਕੇ ਤੇ ਉਹਨਾਂ ਨੂੰ ਗਿੱਲੀਆਂ ਕਰਕੇ ਤੇ ਤਵੇ ਤੇ ਸੇਕ ਕੇ ਖਾਧੀਆਂ ਨੇ ਇਹ ਕਿਹੜਾ ਦੌਰ ਸੀ ਇਜ਼ਰ ਨਾਲ ਇਹ ਕੁਵੈਤ ਜਿਸ ਵਕਤ ਮੈਂ ਕੁਵੈਤ ਹਿਲਟਨ ਹੋਟਲ ਛੱਡਿਆ ਔਰ ਉਸ ਤੋਂ ਬਾਅਦ ਫਿਰ ਇੱਕ ਬੇਕਾਰੀ ਦਾ ਦੌਰ ਆਇਆ ਮੈਂ ਫਰੈਂਚ ਫਰਨੀਚਰ ਨਾਲ ਸੈਂਟਰਲ ਏਅਰ ਕੰਡੀਸ਼ਨ ਰਸਤਾ ਜਿਹੜਾ ਸੀ ਇੱਕ ਫਲੈਟ ਦੇ 'ਚ ਰਹਿੰਦਾ ਸਾਂ ਜਵਾਬ ਇਹੋ ਜਿਹੀ ਸੀ ਉਹ ਛੱਡ ਕੇ ਫਿਰ ਮੈਨੂੰ ਇੱਕ ਗੁਜਰਾਤੀਆਂ ਦੇ ਡੇਰੇ 'ਚ ਜਾਣਾ ਪਿਆ 12 ਬੰਦੇ ਉਸ ਕਮਰੇ 'ਚ ਰਹਿੰਦੇ ਸਨ ਅਤੇ ਰਾਤੀ ਜਿਸ ਵੇਲੇ ਸੌਂਦੇ ਸਾਂ ਅਤੇ ਕਰਵਟ ਲੈਣੀ ਹੁੰਦੀ ਸੀ ਅਤੇ ਉਹ ਬੰਦਾ ਉੱਠ ਕੇ ਕਰਵਟ ਲੈਂਦਾ ਸੀ ਸੁੱਤਿਆਂ ਪਿਆ ਨਹੀਂ ਸੀ ਲੈ ਸਕਦਾ ਹਾਂਜੀ ਔਰ ਮੇਰੀ ਮੈਨੂੰ ਥਾਂ ਉੱਥੇ ਮਿਲੀ ਔਰ ਦਰਵਾਜ਼ੇ ਦੇ ਸਾਹਮਣੇ ਕਿਉਂਕਿ ਗਰਮੀ ਬੜੀ ਹੁੰਦੀ ਸੀ ਅਤੇ ਅੰਦਰ ਏ ਸੀ ਵਾਲੇ ਕਮਰੇ 'ਚ ਹੀ ਸੋਣਾ ਅਤੇ ਉਹ ਜਿੱਥੇ ਜੁੱਤੀਆਂ ਲਾਈ ਦੀਆਂ ਨੇ ਉਹ ਰਾਤੀ ਬਾਹਰ ਕੱਢ ਕੇ ਰੱਖ ਦਿੱਤੀਆਂ ਜਾਂਦੀਆਂ ਸਨ ਉੱਥੇ ਮੈਂ ਸੌਂਦਾ ਹੁੰਦਾ ਸਾਂ ਜਿੰਨੇ ਬਾਹਰ ਕੋਈ ਜਾਣਾ ਵੇ ਕਿਸੇ ਹਾਜਤ ਵਾਸਤੇ ਤਾਂ ਉਹਨੇ ਮੇਰੇ ਤੋਂ ਲੰਘ ਕੇ ਜਾਣਾ ਹੁੰਦਾ ਸੀ ਇਹ ਵੀ ਦੌਰ ਵੇਖਿਆ ਫਿਰ ਡਕਟਿੰਗ ਕੀਤੀ ਤਬੂਕ ਚੁੱਕੇ ਅਤੇ ਮੈਂ ਸਮਝਣਾ ਕਿ ਵੀ ਇਹ ਜਿਹੜਾ ਦੌਰ ਸੀ ਨਾ ਮੈਂ ਇਹਨੂੰ ਮੈਂ ਡਿਫਾਈਨ ਕਰਨਾ ਮੇਰੇ ਦੋਸਤ ਸਨ ਲੰਗੋਟੀਆ ਯਾਰ ਸੀ ਤਨਵੀਰ ਪੱਟੀ ਉਹ ਸਾਰੇ ਕਦਮ ਉਸ ਕਮਰੇ 'ਚ ਰਹਿੰਦੇ ਸਨ ਅਤੇ ਜਿਸ ਵੇਲੇ ਉੱਥੋਂ ਮੈਂ ਛੱਡਿਆ ਹਿਲਟਨ ਹੋਟਲ ਤੋਂ ਤਾਂ ਉਹਨੇ ਕਿਹਾ ਭਾਅ ਜੀ ਇੱਥੇ ਆ ਜਾਓ ਮੇਰੇ ਕੋਲ ਉਹ ਮੈਨੂੰ ਭਾਅ ਜੀ ਕਹਿੰਦਾ ਸੀ ਮੈਂ ਉਹਦੇ ਨਾਲੋਂ ਕੋਈ 1.5 ਸਾਲ ਵੱਡਾ ਸਾਂ ਔਰ ਨਿੱਕਿਆ ਭਰਾਵਾਂ ਵਾਂਗੂ ਹੁਣ ਵੀ ਇੱਜ਼ਤ ਕਰਦਾ ਅਤੇ ਉੱਥੇ ਹੁਣ ਇਹ ਸੀ ਕਿ ਵੀ ਜੱਟੀ ਦੇ ਉੱਤੇ ਯਾਨੀ ਪੋਰਟ ਦੇ ਉੱਤੇ ਜਹਾਜ਼ਾਂ ਦੇ ਉੱਤੇ ਟੈਲੀਕਲਰਕੀ ਕਰਦੇ ਸਨ 3-4 ਮੁੰਡੇ ਉਹਨਾਂ ਨੂੰ ਪੈਸੇ ਲੱਭਦੇ ਸਨ ਅਤੇ ਉਹ ਫਿਰ ਸਾਡੇ ਜੇਬਾਂ 'ਚ ਇੱਕ ਇੱਕ ਦਿਨ ਪਾਉਂਦੇ ਸਨ ਕਿ ਕੋਈ ਸ਼ਰਮਿੰਦਾ ਨਾ ਹੋਵੇ ਕਿ ਵੀ ਮੈਂ ਪੈਸੇ ਮੰਗਣ ਵਾਸਤੇ ਅਤੇ ਸਾਨੂੰ ਜਦੋਂ ਪੈਸੇ ਲੱਭਣੇ ਤਾਂ ਮੈਂ ਅਤੇ ਤਨਵੀਰ ਨੇ ਟਾਸਕ ਕਰਨਾ ਕਿ ਅੱਜ ਰੋਟੀ ਖਾਣੀ ਹੈ ਜਾਂ ਅੱਜ ਕਿਤੇ ਨੌਕਰੀ ਲੱਭਣ ਜਾਣਾ ਮੈਂ ਅਤੇ ਇੱਕ ਦਿਨ ਮੈਂ ਕਿਹਾ ਕਿ ਵੀ ਤਨਵੀਰ ਅੱਜ ਟਾਸਕ ਨਹੀਂ ਕਰਨਾ ਰੋਟੀ ਖਾਣੀ ਹੈ ਨੌਕਰੀ ਲੱਭਣ ਨਹੀਂ ਜਾਣਾ ਅਤੇ ਉਹ ਕਹਿੰਦਾ ਛੱਡੋ ਭਾਅ ਜੀ ਅਜੇ ਪਰਸੋਂ ਤਾਂ ਖਾਧੀ ਸੀ ਅਤੇ ਇਹ ਮੈਂ ਸਮਝਣਾ ਵੇਖਿਆ ਜ਼ਿੰਦਗੀ ਨੇ ਮੈਨੂੰ ਸਿਖਾਇਆ ਔਰ ਜ਼ਿੰਦਗੀ ਨੂੰ ਮੈਨੂੰ